ਦੋਸਤੋ ਤੁਹਾਡਾ ਸਾਰਿਆਂ ਦਾ ਨਿੱਘਾ ਜਿਹਾ ਸਵਾਗਤ। ਮੈਂ ਅਤੇ ਹਰਕੀਰਤ ਜੀ ਅੱਜ ਸਵਾਗਤ ਕਰਦੇ ਹਾਂ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਸਾਡੇ ਲਿਵਿੰਗ ਲੈਜੈਂਡ ਨਿਰਮਲ ਸਿੱਧੂ ਜੀ ਦਾ। ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਜੀ। ਜਿੱਦਾਂ ਆਪਣੇ ਵਰਜ ਜੀ ਤੁਸੀਂ ਗੱਲ ਹੀ ਕੀਤੀ ਆ, ਮੈਨੂੰ ਲੱਗਦਾ ਨਹੀਂ ਕਿ ਆਪਣਾ ਕੋਈ ਵੀ ਪੰਜਾਬੀ, ਚਾਹੇ ਅਸੀਂ ਦੇਸ਼ ਦੇ ਵਿੱਚ ਹਾਂ ਚਾਹੇ ਵਿਦੇਸ਼ ਦੇ ਵਿੱਚ ਹਾਂ, ਜਿਹੜੇ ਨਿਰਮਲ ਸਿੱਧੂ ਦੇ ਨਾਮ ਤੋਂ ਨਹੀਂ ਜਾਣਦੇ, ਕਿਉਂਕਿ ਬਹੁਤ ਘੱਟ ਹੁੰਦੇ ਆ ਇਸ ਇੰਡਸਟਰੀ 'ਚ ਜਿਹੜੀ ਬਹੁਤ ਲੰਬੀ ਪਾਰੀ ਖੇਡਦੇ ਆ। ਅਤੇ ਸਟਿੱਲ ਭਾਅ ਜੀ ਅਜੇ ਵੀ, ਕਿਉਂਕਿ ਅੱਜ ਹੀ ਇਹਨਾਂ ਦਾ ਇੱਕ ਨਵਾਂ ਗੀਤ, ਨਵਾਂ ਟਰੈਕ ਇਹਨਾਂ ਦਾ ਇਸ ਵੇਲੇ ਪੂਰੇ ਜ਼ੋਰ ਦੇ ਨਾਲ ਪੂਰੀ ਦੁਨੀਆ ਚੱਲ ਰਿਹਾ, ਬੜਾ ਹਿੱਟ ਚੱਲ ਰਿਹਾ। ਅਤੇ ਕਿਉਂਕਿ ਮੈਨੂੰ ਯਾਦ ਆ ਜਦੋਂ ਭਾਅ ਜੀ ਆਪਾਂ ਕਾਲਜ ਪੜ੍ਹਦੇ ਹੁੰਦੇ ਸੀਗੇ ਨਾ, ਉਦੋਂ ਅਸੀਂ ਗੀਤ ਸੁਣਦੇ ਹੁੰਦੇ ਸੀ ਤੁਹਾਡੇ ਜੀ। ਅੱਛਾ, ਉਹ ਟਾਈਮ ਤੋਂ ਲੈ ਕੇ ਹੁਣ ਤੱਕ ਸਟਿੱਲ ਜਿਹੜੇ ਸਾਡੇ ਫੇਵਰੇਟ ਜਿਹੜੇ ਸਾਡੇ ਗਾਇਕ ਰਹੇ ਆ, ਉਹਨਾਂ 'ਚ ਅੱਜ ਵੀ ਤੁਹਾਡਾ ਨਾਮ ਆਉਂਦਾ? ਇਕੱਲਾ ਮੇਰਾ ਨਹੀਂ, ਬਹੁਤੇ ਹੋਣੇ ਆ ਜਿਹਨਾਂ ਦੇ, ਹੈ ਨਾ। ਕਿਉਂਕਿ ਕਈ ਵਾਰੀ ਹੁਣ ਕੀ ਹੋ ਗਿਆ, ਆ ਸਮਾਂ ਆ ਗਿਆ ਕਿ ਲੋਕ ਜ਼ਿਆਦਾ ਜਿਹੜਾ ਵੀਡੀਓ ਉਹ ਦੇਖਣ ਲੱਗ ਪਏ, ਪਤਾ ਲੱਗ ਜਾਂਦਾ ਵੀ ਸਿੰਗਰ ਕਿਹੜਾ। ਪਹਿਲੇ ਪਹਿਲਾ ਟਾਈਮ ਸੀਗਾ ਕਿ ਮੈਂ ਉਸ ਟਾਈਮ ਦੀ ਗੱਲ ਕਰ ਰਿਹਾ, ਕਿਉਂਕਿ ਤੁਸੀਂ ਉਸਤਾਦ ਸ੍ਰੀ ਜਮਲਾ ਜੱਟ ਜੀ ਦੇ ਨਾਲ ਉਹਨਾਂ ਦੀ ਸ਼ਾਗਿਰਦੀ ਪਾਈ ਅਤੇ ਉਹਨਾਂ ਦੇ ਨਾਲ ਕੰਮ ਸ਼ੁਰੂ ਕੀਤਾ, ਅਤੇ ਅੱਜ ਵੀ ਉਸ ਮੁਕਾਮ ਸਥਾਪਿਤ ਕੀਤਾ ਹੈ ਅਤੇ ਚੱਲ ਰਿਹਾ ਜੀ ਉਸ ਨਾਲੋਂ। ਅਤੇ ਹੁਣ 'ਚ ਕੀ ਫਰਕ ਆ ਗਿਆ ਭਾਅ ਜੀ? ਹੁਣ ਤਾਂ ਮੈਂ ਤਾਂ ਕਹਿੰਦਾ ਜੀ ਵੀ ਸਹੀ ਅਸਲ ਦੇ ਮੈਨਾਂ ਵਿੱਚ ਤਾਂ ਹੁਣ ਸੰਗੀਤ ਤਾਂ ਰਹਿ ਹੀ ਨਹੀਂ ਗਿਆ। ਸੰਗੀਤ ਕੋਈ ਹੋਰ ਚੀਜ਼ ਸੀ, ਸੰਗੀਤ ਦਾ ਸੰਬੰਧ ਹੁੰਦਾ ਕੰਨਾਂ ਦੇ ਨਾਲ, ਸੰਗੀਤ ਦਾ ਸੰਬੰਧ ਅੱਖਾਂ ਦੇ ਨਾਲ ਨਹੀਂ ਹੁੰਦਾ। ਪਰ ਅੱਜ ਦਾ ਜਿਹੜਾ ਸੰਗੀਤ ਹੈ ਉਹਦਾ ਸੰਬੰਧ ਸਿਰਫ ਅੱਖਾਂ ਨਾਲ ਰਹਿ ਗਿਆ, ਅਤੇ ਅੱਖਾਂ ਜਿਹੜੀਆਂ ਹੈ ਇਹ ਹਰ ਵਕਤ ਕੁਛ ਨਵਾਂ ਦੇਖਣ ਨੂੰ ਦੱਸਦੀਆਂ, ਔਰ ਅੱਖਾਂ ਰਾਹੀਂ ਦੇਖੀ ਚੀਜ਼ ਕਦੇ ਵੀ ਜਿਹੜੀ ਹੈ ਉਹ ਯਾਦ ਨਹੀਂ ਰਹਿ ਸਕਦੀ। ਕਿਉਂਕਿ ਕਈ ਵਾਰੀ ਆਪਾਂ ਕਹਿੰਦੇ ਨਾ ਕਿ ਕਿਸੇ ਬੰਦੇ ਦੇ ਬੋਲ ਜਿਹੜੇ ਸਾਰੀ ਉਮਰ ਰੜਕਦੇ ਆ, ਹੈ ਨਾ। ਸੋ ਉਹ ਕੰਨਾਂ ਰਾਹੀਂ ਜਿਹੜੀ ਚੀਜ਼ ਤੁਹਾਡੇ ਅੰਦਰ ਉਤਰਦੀ ਆ, ਤੁਹਾਡੇ ਬਲੱਡ 'ਚ ਜਾਂਦੀ ਆ, ਉਹਦਾ ਸੰਬੰਧ ਤੁਹਾਡੇ ਲਾਈਫ ਟਾਈਮ ਹੁੰਦਾ। ਜਿਹੜੀ ਅੱਖਾਂ ਨਾਲ ਚੀਜ਼ ਦੇਖਦੇ ਆ, ਅੱਜ ਸਾਨੂੰ ਕੋਈ ਚੀਜ਼ ਬਹੁਤ ਵਧੀਆ ਲੱਗਦੀ ਹੈ, ਕੱਲ੍ਹ ਨੂੰ ਕੋਈ ਹੋਰ ਸੀਨ ਵਧੀਆ ਲੱਗਦਾ, ਪਰਸੋਂ ਹੋਰ ਲੱਗਦਾ, ਤਾਂ ਅਗਲੇ ਭੁੱਲ ਜਾਣਗੇ, ਹੈ ਨਾ। ਸੋ ਸੰਗੀਤ ਦਾ ਸੰਬੰਧ ਕੰਨਾਂ ਨਾਲ ਹੁੰਦਾ, ਅਤੇ ਅੱਜ ਦਾ ਸੰਗੀਤ ਜਿਹੜਾ ਉਹ ਅੱਖਾਂ ਨਾਲ ਹੋ ਗਿਆ, ਜਿਹਦੇ ਕਰਕੇ ਅੱਜ ਦਾ ਸੰਗੀਤ ਜਿਹੜਾ ਹੈਗਾ ਉਹ ਮਤਲਬ ਪਤਾ ਹੀ ਨਹੀਂ ਲੱਗਦਾ ਕਲਾਕਾਰ ਕਿੰਨੇ ਕਲਾਕਾਰ ਆਉਂਦੇ ਆ, ਕਿੰਨੇ ਕਲਾਕਾਰ ਜਾਂਦੇ ਆ। ਇੱਕ ਕਲਾਕਾਰ ਦੀ ਉਮਰ 2 ਸਾਲ ਹੈ, ਇੱਕ ਦੀ 4 ਸਾਲ ਹੈ, ਕਿਸੇ ਦੀ 6 ਮਹੀਨੇ ਆ, ਉਸ ਤੋਂ ਬਾਅਦ ਦੁਬਾਰਾ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹਨਾਂ ਦੀ ਆਵਾਜ਼ ਦੀ ਪਛਾਣ ਨਹੀਂ ਬਣੀ। ਮੇਰੀ ਆਵਾਜ਼ ਦੀ ਪਛਾਣ ਹੈ ਨਾ, ਬਿਲਕੁਲ ਗੱਲ ਯਾਦ ਹੋ, ਕਿਉਂਕਿ ਜੇ ਤੁਹਾਨੂੰ ਆਵਾਜ਼ ਯਾਦ ਹੈ, ਆਵਾਜ਼ਾਂ ਨਹੀਂ ਭੁੱਲਦੀਆਂ, ਸ਼ਕਲਾਂ ਵੀ ਜਿਹੜੀਆਂ ਕਹਿ ਲਓ ਆਪਾਂ ਚੇਂਜ ਹੋ ਜਾਂਦੀਆਂ, ਹੈ ਨਾ, ਕੱਪੜੇ ਵੀ ਚੇਂਜ ਹੋ ਸਕਦੇ ਆ, ਪਰ ਬੰਦੇ ਦੀ ਆਵਾਜ਼ ਜਿਹੜੀ ਹੈ ਬੰਦਾ ਆਵਾਜ਼ ਤੋਂ ਪਛਾਣਿਆ ਜਾਂਦਾ। ਪਰ ਭਾਈ ਤੁਹਾਡੀ ਸ਼ਕਲ ਵੀ ਨਹੀਂ ਪਤਾ, ਮੈਂ ਉਹ ਕਹਿਣ ਲੱਗਾ ਸੀ ਕਿ ਦੇਖੋ ਭਾਜੀ ਕਿ ਤੁਹਾਡੀ ਸ਼ਕਲ ਡੈਫੀਨੇਟਲੀ ਨਹੀਂ ਬੱਲੀ, ਅਸੀਂ ਬੜੇ ਰੂਪ ਬਦਲਦੇ ਹੋਏ ਕਰਦੇ ਹੋਏ, ਤੁਹਾਡੀ ਸ਼ਕਲ ਜ਼ਿਆਦਾ ਮੈਂ ਦੇਖ ਰਿਹਾ ਹਾਂ, ਅਤੇ ਪਿਛਲੇ 25 ਸਾਲ ਤੋਂ ਤਾਂ ਮੈਂ ਦੇਖ ਰਿਹਾ ਹਾਂ ਕਿ ਮੇਰਾ ਅਤੇ ਭਾਜੀ ਦਾ ਇੱਕ ਗਾਣਾ ਸੀਗਾ ਜਿਹਦੇ 'ਚ ਭਾਜੀ ਉਹਦੇ ਵਿੱਚ ਮਾਡਲ ਸੀਗੇ, ਗਾਣਾ ਵੀ ਇਹਨਾਂ ਦਾ ਸੀਗਾ, ਇਹ ਭਾਜੀ ਮਾਡਲ ਸੀਗੇ, ਅਤੇ ਮੈਂ ਉਹਨੂੰ ਸਾਰੇ ਸਿੰਗਰ ਕਹਿ ਰਹੇ ਸੀ ਸਿੰਗਰ ਭਾਜੀ ਦਾ 6 ਮਹੀਨੇ ਪਹਿਲਾਂ ਇੱਕ ਗੀਤ ਆਇਆ ਤੁਹਾਡੇ 'ਚ, ਫਿਰ ਮਾਡਲ ਬਣੇ ਹੋਏ ਜੀ। ਇਹੀ ਗੱਲ ਹੈ, ਮੈਂ ਇਹੀ ਗੱਲ ਸੀਗਾ ਪੁੱਛਣੀ ਤੁਹਾਡੀ ਭਾਜੀ ਵੀ ਕਿੰਨੀ ਆ, ਪਰ ਇੱਕ ਦੱਸਿਓ ਕਿ ਗੀਤ ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾਓ। ਹਾਂਜੀ, ਜੇ ਮੈਂ ਗਲਤ ਨਹੀਂ ਤਾਂ ਮੈਂ ਉਦੋਂ ਸਾਈਕਲ 'ਤੇ ਪੜ੍ਹਨ ਜਾਂਦਾ ਹੁੰਦਾ ਜਦੋਂ ਗੀਤ ਆਇਆ ਸੀ, ਅਤੇ ਅਸੀਂ ਗੈਸਟ ਪੜ੍ਹਾਈ ਸੀ, ਬਿਲਕੁਲ ਉਹ ਕਿੱਦਾਂ ਸਵੱਬ ਬਣਿਆ। ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਟਾਈਮ ਇਹੋ ਜਿਹਾ ਸੀਗਾ, ਹਰ ਜਗ੍ਹਾ ਉਹੀ ਗੀਤ ਵੱਜਦਾ ਸੀਗਾ, ਬਿਲਕੁਲ, ਕਿਉਂਕਿ ਉਹ ਦੋਨੋਂ ਚੀਜ਼ਾਂ ਇਕੱਠੀਆਂ ਕਰਦਾ ਸੀਗਾ, ਬਿਲਕੁਲ, ਦਿਲ ਟੁੱਟੇ ਨੂੰ ਵੀ ਅਤੇ ਦਿਲ ਜੁੜੇ ਨੂੰ ਵੀ, ਬਿਲਕੁਲ। ਉਹ ਕਿੱਦਾਂ ਸਵੱਬ ਬਣਿਆ, ਕਿੱਥੋਂ ਕੀਤਾ? ਬੇਸਿਕਲੀ ਨਾ ਮੈਂ ਐਜ਼ ਏ ਮਿਊਜ਼ਿਕ ਡਾਇਰੈਕਟਰ ਕੰਮ ਕਰਦਾ ਹੁੰਦਾ ਸੀਗਾ ਦੂਰਦਰਸ਼ਨ ਦੇ ਉੱਤੇ, ਕਿਉਂਕਿ ਮੇਰਾ ਮੇਨ ਜਿਹੜਾ ਮਤਲਬ ਸੰਬੰਧ ਆ ਉਹ ਮਿਊਜ਼ਿਕ ਦੇ ਨਾਲ ਹੈ। ਜੇ ਸੰਗੀਤਕਾਰ ਮੈਂ ਬਹੁਤ ਕੰਮ ਕੀਤਾ, ਰੇਡੀਓ 'ਤੇ, ਟੀ ਵੀ 'ਤੇ, ਫਿਲਮਾਂ 'ਚ, ਸੀਰੀਅਲ 'ਚ, ਡਰਾਮਿਆਂ ਦੇ ਵਿੱਚ। ਇਹੀ ਚੀਜ਼ ਪੁੱਛਣੀ ਸੀਗੀ ਤੁਹਾਡੇ ਤੋਂ
ਵਿੱਚ ਹੀ ਟੋਕ ਰਿਹਾ ਆ ਕਿ ਜਦ ਇੰਨੇ ਸਾਰੇ, ਕਿਉਂਕਿ ਤੁਸੀਂ ਹਰਫਨ ਮੌਲਾ ਇੰਨੇ ਮਲਟੀ ਟੈਲੈਂਟਿਡ ਹੋ, ਮਿਊਜ਼ਿਕ ਡਾਇਰੈਕਟਰ ਤੁਸੀਂ ਹੋ, ਮਾਡਲ ਤੁਸੀਂ ਹੋ, ਗਾਣੇ ਤੁਸੀਂ ਗਾਉਂਦੇ ਹੋ, ਸਿੰਗਰ ਹੋ, ਅਤੇ ਤੁਹਾਨੂੰ ਕਿਸ ਨਾਮ ਤੋਂ ਜ਼ਿਆਦਾ ਸੁਣਨਾ ਪਸੰਦ ਲੱਗਦਾ ਕਿ ਜਦ ਲੋਕ ਤੁਹਾਨੂੰ ਅਲੱਗ ਅਲੱਗ ਨਾਮ ਤੋਂ ਬੁਲਾਉਂਦੇ ਨੇ, ਕਹਿੰਦੇ ਨੇ, ਅਤੇ ਤੁਹਾਡਾ ਕਿਹੜਾ ਫੇਵਰੇਟ ਆ? ਨਹੀਂ, ਦਿਸ ਦੇਖੋ, ਇਸ ਤਰ੍ਹਾਂ ਕਹਿੰਦੇ ਹੁੰਦੇ ਨਾ ਵੀ ਹਾਥੀ ਦੀ ਪੈਰ ਦੇ ਵਿੱਚ ਤਾਂ ਸਾਰੀਆਂ ਪੈੜਾਂ ਆ ਜਾਂਦੀਆਂ। ਬੇਸਿਕਲੀ ਤਾਂ ਸੰਗੀਤ ਦਾ ਇੱਕ ਨਿਯਮ ਹੈ, ਕਹਿੰਦੇ ਗਾਇਨ, ਵਾਦਨ ਅਤੇ ਨ੍ਰਿਤ। ਸ਼ਾਸਤਰ ਦੇ ਵਿੱਚ ਤਿੰਨ ਚੀਜ਼ਾਂ ਦਾ ਜ਼ਿਕਰ ਹੈ। ਅੱਛਾ, ਹਾਂ, ਤਿੰਨ ਚੀਜ਼ਾਂ ਦਾ ਜ਼ਿਕਰ ਹੈ ਕਿ ਉਸ ਨੂੰ ਗਾਇਕ ਕਿਹਾ ਜਾ ਸਕਦਾ ਜਿਹਨੂੰ ਇਹ ਤਿੰਨ ਚੀਜ਼ਾਂ ਦਾ ਇਲਮ ਹੋਵੇ, ਗਾਉਣ ਦਾ, ਵਾਦਨ ਦਾ ਮਤਲਬ ਵਜਾਉਣ ਦਾ, ਅਤੇ ਨ੍ਰਿਤ। ਕਿਉਂਕਿ ਸਭ ਤੋਂ ਪਹਿਲਾਂ ਉਤਪਤੀ ਜਿਹੜੀ ਹੈ ਨਾ ਸੰਗੀਤ ਦੀ, ਉਹ ਨ੍ਰਿਤ ਤੋਂ ਹੋਈ ਹੈ। ਤਾਂਡਵ ਜੀ, ਤਾਂਡਵ ਡਾਂਸ ਜਿਹੜਾ ਸ਼ਿਵਜੀ ਨੇ ਜਿਹੜਾ ਕੀਤਾ ਸੀਗਾ, ਹੈ ਨਾ, ਸੋ ਉਹਦੇ ਤੋਂ ਉਤਪਤੀ ਹੋਈ ਹੈ ਸੰਗੀਤ ਦੀ। ਉਸ ਤੋਂ ਬਾਅਦ ਫਿਰ ਇਹਨਾਂ ਦੀਆਂ ਸ਼ੈਲੀਆਂ ਬਦਲਦੀਆਂ ਗਈਆਂ, ਰਵਾਇਤੀ। ਸੋ ਮੈਂ ਇਹ ਤਿੰਨੇ ਚੀਜ਼ਾਂ ਸਿੱਖੀਆਂ ਸੀ ਕਿ ਅੱਜ ਜਿਹੜੀਆਂ ਹੈ ਉਹ ਚਾਰ ਬਣ ਗਈਆਂ, ਗਾਇਨ, ਵਾਦਨ, ਨ੍ਰਿਤ ਅਤੇ ਸਾਹਿਤ। ਸਾਹਿਤ ਪਹਿਲਾਂ ਇਸ ਕਰਕੇ ਨਹੀਂ ਸੀ ਕਿ ਪਹਿਲਾਂ ਦਾ ਜਿਹੜਾ ਸੰਗੀਤ ਹੈ ਉਹ ਸ਼ਬਦਾਂ ਦੇ ਅਧੀਨ ਨਹੀਂ ਹੁੰਦਾ ਸੀ, ਉਹ ਖਿਆਲ ਗਾਇਕੀ ਹੁੰਦੀ ਸੀ। ਜਿਸ ਤਰ੍ਹਾਂ ਉਹਦੇ ਤਾਨਾ ਦਿਰ ਦੇ ਨਾ ਦੇ ਨਾ ਦੇ ਦੇ ਦਾ ਨਾ, ਉਹਦੇ ਤਾਨਾ ਦਿਰ ਦੇ ਨਾ ਦੇ ਨਾ, ਉਹਦੇ ਤਾਨਾ ਦਿਰ ਦੇ ਤਾਨਾ ਦੇ 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 ਤਾਨਾ, ਉਹਦੇ ਤਾਨਾ ਦਿਰ ਦੇ ਤਾਨਾ ਦੇ, ਉਹਦੇ ਤਾਨਾ ਦਿਰ ਦੇ। ਇਹਦੇ 'ਚ ਸ਼ਬਦਾਂ ਦੀ ਲੋੜ ਨਹੀਂ ਹੈ, ਉਹਦੇ ਵਿੱਚ ਹੀ ਸਥਾਈ ਹੈ, ਉਹਦੇ ਵਿੱਚ ਹੀ ਅੰਤਰ ਹੈ। ਇਹਦੇ 'ਚ ਖਿਆਲ ਗਾਇਕੀ ਹੈ, ਕਈ ਕਈ ਘੰਟੇ ਗਾਈ ਜਾ ਸਕਦੀ ਹੈ, ਹੈ ਨਾ। ਸੋ ਅੱਜ ਜਿਹੜਾ ਹੈਗਾ ਲੋਕ ਬਹੁਤ ਕੁਇਕ ਭਾਲਦੇ ਆ, ਖਾਣਾ ਵੀ ਲੋਕੀ ਕਹਿੰਦੇ ਫਾਸਟ ਫੂਡ ਚਾਹੀਦਾ, ਗੱਡੀ ਥਰੂ ਡਰਾਈਵ ਥਰੂ ਜਾਈਏ, ਇੱਥੇ ਪੈਸੇ ਦਿੱਤੇ ਆ ਖਾਣਾ ਲੈ ਕੇ ਅਤੇ ਨਾਲ ਦੀ ਨਾਲ ਨਿਕਲ ਜਾਈਏ, ਨਾ। ਲੋਕੀ ਖਾਣੇ 'ਤੇ ਟਾਈਮ ਨਹੀਂ ਲਾਉਣਾ ਚਾਹੁੰਦੇ, ਇੱਦਾਂ ਨੂੰ ਗਾਣੇ 'ਤੇ ਵੀ ਟਾਈਮ ਨਹੀਂ ਲਾਉਣਾ ਚਾਹੁੰਦੇ, ਬਾਣੇ 'ਤੇ ਵੀ ਨਹੀਂ ਲਾਉਣਾ ਚਾਹੁੰਦੇ। ਪਹਿਲਾਂ ਕੱਪੜਾ ਲੈ ਕੇ ਆਓ, ਫਿਰ ਰੰਗਾਓ, ਫਿਰ ਦਰਜੀ ਨੂੰ ਦਿਓ, ਫਿਰ ਕਟਾਓ, ਸਵਾਓ, ਫਿਰ ਸੈੱਟ ਕਰਾਓ, ਨਹੀਂ ਨਹੀਂ, ਗਏ ਜਾ ਕੇ ਜੀਨ ਪਾਈ, ਸ਼ਰਟ ਪਾਈ, ਚੁੱਕੀ ਚੁੱਕੀ ਚਲੇ ਗਏ, ਇਸੇ ਕਰਕੇ। ਹਾਂ, ਸੋ ਮੈਂ ਤਾਂ ਐਜ਼ ਏ ਮਤਲਬ ਨਿਰਮਲ ਸਿੱਧੂ ਜਦੋਂ ਨਾਂ ਆ ਜਾਂਦਾ ਅਤੇ ਨਿਰਮਲ ਸਿੱਧੂ ਹੀ ਗਾਇਕ ਹੈ, ਨਿਰਮਲ ਸਿੱਧੂ ਹੀ ਸੰਗੀਤਕਾਰ ਹੈ, ਨਿਰਮਲ ਸਿੱਧੂ ਹੀ ਲਿਰਿਕਸਿਸਟ ਹੈ, ਨਿਰਮਲ ਸਿੱਧੂ ਹੀ ਪਰਫੋਰਮੈਂਸ ਹੈ। ਸੋ ਮੈਨੂੰ ਇਹ ਹੁੰਦਾ ਕਿ ਲੋਕ ਮੇਰੇ ਨਾਂ ਤੋਂ ਮੈਨੂੰ ਜਾਣਦੇ ਆ, ਔਰ ਮੈਨੂੰ ਇਹ ਲੱਗਦਾ ਕਿ ਸਾਡੀ ਇੰਡਸਟਰੀ ਦੇ ਵਿੱਚ ਸਿਰਫ ਇੱਕ ਹੀ ਨਿਰਮਲ ਸਿੱਧੂ ਹੈ, ਕਿਸ 'ਚ ਕੋਈ ਸ਼ੱਕ, ਦੂਜਾ ਕੋਈ ਨਿਰਮਲ ਸਿੱਧੂ ਨੂੰ। ਅਤੇ ਇਹਦੀ ਵੀ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣਾ, ਦੂਜਾ ਨਿਰਮਲ ਸਿੱਧੂ ਵੀ ਸੀ। ਅੱਛਾ, ਇਹ ਬੜੀ ਇੰਟਰਸਟਿੰਗ ਸਟੋਰੀ ਹੈ, ਸ਼ਾਇਦ ਕਿਸੇ ਬੰਦੇ ਨੂੰ ਇਹਦੇ ਬਾਰੇ ਨੌਲੇਜ ਵੀ ਨਾ ਹੋਵੇ। ਜਦੋਂ ਮੇਰਾ ਗਾਣਾ ਆਇਆ ਸੀਗਾ ਦਿਲ ਦਾ ਖਿਡੌਣਾ ਨਾਲ ਲੈ ਜਾ 88 ਦੇ ਵਿੱਚ, ਤਾਂ ਉਸ ਤੋਂ ਪਹਿਲਾਂ ਪੁੱਤ ਜੱਟਾਂ ਦੀ ਫਿਲਮ ਆਈ ਸੀਗੀ, ਜਿਹਦੇ ਵਿੱਚ ਇੱਕ ਛੱਲਾ ਸੀ ਜਿਹੜਾ ਕਿ ਛੱਲਾ ਨਿਰਮਲ ਸਿੱਧੂ ਨੇ ਗਾਇਆ ਸੀ। ਅੱਛਾ, ਪਰ ਉਹ ਨਿਰਮਲ ਸਿੱਧੂ ਮੈਂ ਨਹੀਂ ਸੀ, ਉਹ ਮਾਣੀ ਖੇੜੇ ਦਾ ਨਿਰਮਲ ਸਿੱਧੂ ਸੀ, ਗੁੱਗੂ ਗਿੱਲ ਭਾਜੀ ਦੇ ਪਿੰਡ ਦਾ ਮੁੰਡਾ ਸੀਗਾ। ਓਕੇ, ਠੀਕ ਹੈ। ਸੋ ਉਹ ਫਿਲਮ ਹਿੱਟ ਹੋ ਗਈ ਜਿਸ ਕਰਕੇ ਉਹ ਛੱਲਾ ਵੀ ਹਿੱਟ ਹੋ ਗਿਆ। ਸੋ ਉੱਧਰੋਂ ਛੱਲੇ ਵਾਲਾ ਨਿਰਮਲ ਸਿੱਧੂ ਸੀਗਾ, ਇੱਧਰੋਂ ਦਿਲ ਦੇ ਖਿਡੌਣੇ ਵਾਲਾ ਨਿਰਮਲ ਸਿੱਧੂ ਸੀਗਾ। ਦੋ ਨਿਰਮਲ ਸਿੱਧੂ ਸੀ, ਸਾਡਾ ਕਲੈਸ਼ ਬਹੁਤ ਹੁੰਦਾ ਸੀ। ਲੋਕ ਕਦੇ ਉਹਨੂੰ ਬੁੱਕ ਕਰ ਲੈਂਦੇ ਸੀ ਨਿਰਮਲ ਸਿੱਧੂ, ਅਤੇ ਉਹਨੂੰ ਕਹਿੰਦੇ ਸੀ ਦਿਲ ਦਾ ਖਿਡੌਣਾ ਸੁਣਾ, ਉਹ ਕਹਿੰਦਾ ਸੀ ਮੇਰਾ ਨਹੀਂ ਹੈ। ਅਤੇ ਕਈ ਵਾਰੀ ਲੋਕ ਮੈਨੂੰ ਬੁੱਕ ਕਰ ਲੈਂਦੇ ਸੀ, ਉਹ ਕਹਿੰਦੇ ਸੀ ਛੱਲਾ ਸੁਣਾ, ਛੱਲੇ ਵਾਲਾ ਮੈਂ ਨਹੀਂ ਸੀਗਾ। ਸੋ ਸਾਡੀ ਕਾਫੀ ਪ੍ਰੋਬਲਮ ਜਿਹੜੀ ਹੈ ਉਹ ਹੋਣ ਲੱਗ ਪਈ, ਪਰ ਉਦੋਂ ਇੰਨਾ ਕੋਈ ਫੋਨ ਦਾ ਸਿਸਟਮ ਨਹੀਂ ਸੀ, ਇੰਨਾ ਇੱਕ ਦੂਜੇ ਨੂੰ ਮਿਲਣ ਗਿਲਣ ਦਾ ਸਿਸਟਮ ਨਹੀਂ ਸੀ। ਉਹ ਮਲੋੜ ਤੋਂ ਸੀ, ਮੈਂ ਫਰੀਦਕੋਟ ਤੋਂ ਸੀ। ਪਰ ਉਹਦਾ ਐਂਡ ਕੀ ਹੋਇਆ ਕਿ ਅਗਲਾ ਜਦੋਂ ਉਹਨਾਂ ਨੇ ਗਾਣਾ ਉਹਦਾ ਕਰਨਾ ਸ਼ੁਰੂ ਕੀਤਾ ਵੀ ਚਲੋ ਹੁਣ ਨੈਕਸਟ ਉਹਦਾ ਗਾਣਾ ਕਰੀਏ, ਅਤੇ ਅਗਲਾ ਉਹਦਾ ਜਿਹੜਾ ਬਹੁਤ ਵੱਡਾ ਟਰੈਕ ਸੀਗਾ ਉਹ ਸੀ ਸ਼ਾਵਰ ਠੰਡੀਆਂ ਬੋੜ ਦੀਆਂ। ਅੱਛਾ, ਤਾਂ ਜਦੋਂ ਉਹ ਚਰਨਜੀਤ ਹੁਜਾ ਸਾਹਿਬ ਕੋਲ ਗਿਆ ਅਤੇ ਉਹਨੇ ਉਹਨਾਂ ਨੂੰ ਜਾ ਕੇ ਇੱਕ ਦੱਸੀ ਵੀ ਇੱਕ ਪ੍ਰੋਬਲਮ ਮੈਨੂੰ ਆ ਰਹੀ ਹੈ, ਬਈ ਮੈਂ ਜਿੱਥੇ ਵੀ ਜਾਂਦਾ ਤਾਂ ਉੱਥੇ ਨਿਰਮਲ ਸਿੱਧੂ ਦੀ ਪ੍ਰੋਬਲਮ ਆ ਰਹੀ ਹੈ ਵੀ ਮੈਂ ਮਿਹਨਤ ਕਰਨੀ ਹੈ, ਮੈਂ ਪੈਸੇ ਲਾਉਣੇ ਆ, ਕ੍ਰੈਡਿਟ ਫਿਰ ਉਹਨੂੰ ਚਲੇ ਜਾਣਾ, ਹੁਣ ਇਹਦਾ ਹੱਲ ਕੀ ਕੀਤਾ ਜਾਵੇ।
ਉਹ ਕਹਿੰਦੇ ਭਾਈ ਉਹ ਨਿਰਮਲ ਸਿੱਧੂ ਜਿਹੜਾ, ਕਿਉਂਕਿ ਮੈਂ ਉਹਨਾਂ ਦੇ ਮਿਊਜ਼ਿਕ 'ਚ ਪਹਿਲਾਂ ਗਾ ਚੁੱਕਿਆ ਸੀਗਾ, ਉਹ ਕਹਿੰਦੇ ਉਹ ਮੁੰਡਾ ਮਿਊਜ਼ਿਕ ਡਾਇਰੈਕਟਰ ਵੀ ਹੈ, ਉਹ ਕਾਫੀ ਇੰਟੈਲੀਜੈਂਟ ਹੈ, ਅਤੇ ਮੈਨੂੰ ਇਹ ਲੱਗਦਾ ਕਿ ਉਹਨੇ ਬਹੁਤ ਅੱਗੇ ਨਿਕਲਣਾ, ਇਸ ਕਰਕੇ ਕੀਤਾ ਕੀ ਜਾਵੇ ਵੀ ਤੁਹਾਡਾ ਤੇਰਾ ਆਪਾਂ ਨਾਂ ਬਦਲਦੇ ਹਾਂ। ਅੱਛਾ, ਸੋ ਉਹਨਾਂ ਨੇ ਉਹਦਾ ਨਾਮ ਨਿਰਮਲਜੀਤ ਨਿੰਮਾ ਰੱਖਿਆ। ਓਕੇ, ਅਤੇ ਮੇਰਾ ਨਾਂ ਨਿਰਮਲ ਸਿੱਧੂ ਹੈਗਾ ਸੀ, ਸਿੱਧੂ ਮੇਰੀ ਕਲਾਸ ਸੀ, ਉਹਨਾਂ ਦਾ ਚੇਂਜ। ਬਿਲਕੁਲ, ਸੋ ਨਿਰਮਲ ਸਿੱਧੂ ਇੱਕ ਹੀ ਹੈ ਨਾ, ਤੁਸੀਂ ਜਿਹੜਾ ਮਰਜ਼ੀ ਕਰਕੇ ਲੈ ਲਓ, ਨਿਰਮਲ ਸਿੱਧੂ ਇੱਕੋ ਹੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਕਿਰਨ ਜੀ, ਕਿੱਦਾਂ ਤੁਸੀਂ ਦੱਸਿਆ ਕਿ ਉਸ ਟਾਈਮ ਤੁਸੀਂ ਕੈਸਟਾਂ ਜਾਂ ਰਿਕਾਰਡ ਕਰਾਈਆਂ ਸਾਈਕਲ 'ਤੇ ਜਾਂਦੇ ਸੀ, ਮੈਂ ਵੀ ਤੁਹਾਨੂੰ ਦੱਸਦਾ ਕਿ ਖਾਲਸਾ ਕਾਲਜ ਦੇ ਵਿੱਚ, ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਪਹਿਲੀ ਵਾਰ, ਖਾਲਸਾ ਕਾਲਜ ਜਲੰਧਰ ਦੀ ਗੱਲ ਕਰ ਰਿਹਾ, ਪੰਜਾਬ ਦੇ ਵਿੱਚ ਪਹਿਲੀ ਵਾਰ ਕਿੱਦਾਂ ਕਿ ਪੂਰਾ ਸੈੱਟ ਲੱਗਾ ਹੋਇਆ ਕਿ 50 ਤੋਂ 100 ਬੰਦੇ ਦੇ ਦਰਮਿਆਨ ਲੋਕ ਸੀਗੇ, ਕਿਹਦੇ ਵਿੱਚ ਨਿਰਮਲ ਭਾਜੀ ਪੂਰਾ ਮਿਊਜ਼ਿਕ ਦੇ ਨਾਲ ਸਟਿੱਕ ਦੇ ਨਾਲ ਉਹਨੇ ਕਹਿੰਦੇ ਹੈਗੇ ਸਾਰੇ ਸਾਜ਼ਾਂ ਨੂੰ ਇੰਸਟਰਕਸ਼ਨ ਦੇ ਰਹੇ ਸੀਗੇ, ਕੰਟਰੋਲ ਦੇ ਰਹੇ ਸੀਗੇ। ਮੇਰਾ ਖਿਆਲ ਇਹ ਸੀ, ਵੀਡੀਓ ਦੇ ਵਿੱਚ ਬੋਂਬੇ ਜਾਂ ਟੀਵੀ 'ਤੇ ਜ਼ਰੂਰ ਦੇਖੇ ਹੋਣਗੇ, ਉਹ ਵਾਲਾ ਨਜ਼ਾਰਾ ਮੈਂ ਕਦੀ ਨਹੀਂ ਭੁੱਲ ਸਕਦਾ, ਉਹ ਵਾਲਾ ਨਜ਼ਾਰਾ ਪੂਰੇ ਪੰਜਾਬ ਨੇ ਪਹਿਲੀ ਵਾਰ ਦੇਖਿਆ ਹੋਏਗਾ। ਬਿਲਕੁਲ, ਉਹ ਇਸ ਤਰ੍ਹਾਂ ਸੀਗਾ ਜੀ, ਹਰਗੀਤ ਜੀ, ਮੈਂ ਨਾ ਬੜਾ ਲੱਕੀ ਆਪਣੇ ਆਪ ਨੂੰ ਸਮਝਦਾ ਕਿ ਮੈਨੂੰ ਪਰਮਾਤਮਾ ਨੇ ਇੱਕ ਸਪੈਸ਼ਲ ਗਿਫਟ ਦਿੱਤੀ ਹੈ, ਉਹ ਇਹ ਦਿੱਤੀ ਹੈ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਮੈਂ ਕੀਤੀ ਹੈ ਇੰਡਸਟਰੀ ਦੇ ਵਿੱਚ, ਮਿਊਜ਼ਿਕ ਦੇ ਵਿੱਚ ਕਈ ਐਸੀਆਂ ਚੀਜ਼ਾਂ ਜਿੱਦਾਂ ਮੈਂ ਬਾਹਲੇ ਜਿਹੜੇ ਦਾਅਵੇ ਜੀ ਨਹੀਂ ਕਰਦਾ ਹੁੰਦਾ, ਕਿਉਂਕਿ ਮੈਂ ਕਹਿੰਦਾ ਹੁੰਦਾ ਕਿ ਮੈਂ ਜੋ ਹੈਗਾ ਉਹ ਮੈਂ ਕੋਈ ਹੋਰ ਨਹੀਂ ਹੋ ਸਕਦਾ। ਪੋਪ ਮਿਊਜ਼ਿਕ ਦੀ ਸ਼ੁਰੂਆਤ ਜਿਹੜੀ ਹੈ ਉਹ ਵੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਪਹਿਲਾਂ ਮੈਂ ਕੀਤੀ ਹੈ। ਅੱਛਾ ਜੀ। 82 ਦੇ ਵਿੱਚ ਮੇਰੀ ਇੱਕ ਟੇਪ ਆਈ ਸੀ, ਜਵਾਲਾ ਪ੍ਰਸ਼ਾਦ ਜੀ ਜਿਹੜੇ ਸਿੰਗਰ ਆ ਉਹ ਸਾਰੇ ਜਾਣਦੇ ਆ ਜਵਾਲਾ ਪ੍ਰਸ਼ਾਦ ਕੀ ਚੀਜ਼ ਹੈ, ਉਹ ਇੱਕ ਬਹੁਤ ਬੰਬ ਮਿਊਜ਼ਿਕ ਡਾਇਰੈਕਟਰ ਸੀ, ਇੰਨਾ ਕੁ ਜ਼ਿਆਦਾ ਕ੍ਰੀਏਟਿਵ ਬੰਦਾ ਸੀਗਾ, ਉਸਤਾਦ ਬੰਦਾ ਸੀ ਦਿੱਲੀ ਦਾ, ਉਹਨਾਂ ਨੇ ਮੇਰੀ ਟੇਪ ਕੀਤੀ ਸੀ, ਉਹਦਾ ਟਾਈਟਲ ਸੀ ਧੂਮ ਧੜਾਕਾ। ਉਹਦੇ 'ਚ 8 ਗਾਣੇ ਸੀਗੇ, 8 ਹੀ ਗਾਣੇ ਜਿਹੜੇ ਸੀਗੇ ਤੁਹਾਡੇ ਸੀ, 8 ਮੇਰੇ 8 ਗਾਣੇ ਸੀਗੇ, ਕੰਪੋਜੀਸ਼ਨ ਮੇਰੀਆਂ ਸੀ, ਮਿਊਜ਼ਿਕ ਉਹਨਾਂ ਨੇ ਕੀਤਾ ਸੀ, ਉਹ ਟੋਟਲੀ ਪੌਪ ਸੀਗਾ, ਟੋਟਲ ਪੌਪ, ਉਹਦਾ ਮਿਊਜ਼ਿਕ ਵੀ ਪੌਪ ਸੀ, ਟਾਈਟਲ ਵੀ ਪੌਪ ਸੀ, ਸਾਰਾ ਕੁਝ ਪੌਪ ਸੀਗਾ। ਪਹਿਲੀ ਟੇਪ ਇੰਡਸਟਰੀ 'ਚ ਉਹ ਆਈ ਸੀਗੀ 82 ਦੇ ਵਿੱਚ, ਜਿਹਦੇ 'ਚ 8 ਦੇ 8 ਗਾਣੇ ਮੇਰੇ ਸੀਗੇ। ਔਰ ਉਸ ਤੋਂ ਬਾਅਦ 2000 ਦੇ ਵਿੱਚ ਨਿਰਮਲ ਸਿੱਧੂ ਪਹਿਲਾ ਕਲਾਕਾਰ ਸੀ ਜਿਹਨੇ ਬੰਬੇ ਦੇ ਵਿੱਚ ਜਾ ਕੇ ਲਕਸ ਜੀ ਸਿਨੇ ਅਵਾਰਡ, ਜਿਹਦੇ 'ਚ ਪੂਰੀ ਇੰਡਸਟਰੀ ਬੈਠੀ ਹੁੰਦੀ ਹੈ, ਫਿਲਮ ਇੰਡਸਟਰੀ ਬੈਠੀ ਹੁੰਦੀ ਹੈ, ਅਤੇ ਕੁਝ ਕੁ ਸਿੰਗਰ ਜਿਹੜੇ ਉੱਥੇ ਪਰਫਾਰਮੈਂਸ ਕਰਦੇ ਹੈ, ਔਰ ਮੈਂ ਉੱਥੇ ਪਰਫਾਰਮੈਂਸ ਕੀਤੀ ਸੀ। ਮੇਰਾ ਗੀਤ ਸੀਗਾ ਸ਼ੀਸ਼ੇ ਕਾ ਦਿਲ ਤੋੜਾ ਮੇਰਾ ਜਾਣੇ ਜਾ, ਔਰ ਉਸ ਗਾਣੇ ਦੇ ਵਿੱਚ ਮੈਂ ਦੋ ਮਤਲਬ ਚੀਜ਼ਾਂ ਗਾਈਆਂ ਸੀ, ਇੱਕ ਕਲਾਸੀਕਲ ਫਿਊਜ਼ਨ ਸੀ ਮੇਰਾ ਬੰਗਾਲੀ ਆਰਟਿਸਟ ਦੇ ਨਾਲ, ਮਿੱਤਰ ਪਿਆਰੇ ਕਾਰ ਰਨੀ ਮੈਂ ਰੋਜ਼ ਬੋਲਾਵੇਂ ਸਹਿਨੀ ਹੈ, ਅਤੇ ਦੂਜਾ ਮੇਰਾ ਜਿਹੜਾ ਗੀਤ ਸੀਗਾ ਉਹਦੇ 'ਚ ਮੇਰੇ ਨਾਲ ਅੱਜ ਦਾ ਬੋਲੀਵੁੱਡ ਦਾ ਬਹੁਤ ਵੱਡਾ ਕੋਰੀਓਗ੍ਰਾਫਰ, ਨੰਬਰ 1 ਕੋਰੀਓਗ੍ਰਾਫਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਡਿਸੂਜ਼ਾ, ਹਾਂਜੀ ਹੈ ਨਾ, ਰੈਮੋਨ ਡਿਸੂਜ਼ਾ, ਉਹ ਮੇਰੇ ਨਾਲ ਡਾਂਸ ਕਰ ਰਿਹਾ, ਐਕਸਟਰਾ ਤੌਰ 'ਤੇ ਮੇਰੇ ਨਾਲ ਡਾਂਸ ਕੀਤਾ, ਉਹ ਗਾਣਾ ਯੂਟਿਊਬ 'ਤੇ ਪਿਆ ਹੋਇਆ ਜੇ ਤੁਸੀਂ ਦੇਖੋਗੇ, ਸ਼ੀਸ਼ੇ ਕਾ ਦਿਲ ਜ਼ੀ ਲਕਸੀ ਨੇ ਅਵਾਰਡ, ਤਾਂ ਉਹ ਮੇਰੇ ਨਾਲ ਉਹ ਡਾਂਸ ਕਰ ਰਿਹਾ, ਉਹ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਸੀਗੀ। ਉਸ ਤੋਂ ਬਾਅਦ ਹੀ ਜਿਹੜੇ ਬਾਕੀ ਦੇ ਸਿੰਗਰ ਜਿੰਨੇ ਸਿੰਗਰ ਆ ਉਹ ਬੰਬੇ 'ਚ ਆਉਣਾ ਉਹਨਾਂ ਨੇ ਸ਼ੁਰੂ ਕੀਤਾ, ਔਰ ਮੇਰੀ ਐਲਬਮ ਪੂਰੀ ਜਿਹੜੀ ਆ ਉਹ ਸ਼ੀਸ਼ੇ ਕਾ ਦਿਲ ਜ਼ੀ ਨੇ ਰਿਲੀਜ਼ ਕੀਤੀ ਸੀ। ਔਰ ਉਸ ਤੋਂ ਬਾਅਦ ਮੈਂ ਪੂਰਨ ਚੰਦ ਵਡਾਲੀ ਜੀ, ਉਹਨਾਂ ਨੂੰ ਮੈਂ ਲੈ ਕੇ ਗਿਆ ਸੀ ਉੱਥੇ ਬੰਬੇ ਦੇ ਵਿੱਚ, ਲਖਵਿੰਦਰ ਵਡਾਲੀ ਨੂੰ ਪਹਿਲੀ ਵਾਰੀ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਗਵਾਇਆ ਸੀਗਾ, ਜਿੱਥੋਂ ਕੀ ਇਹ ਗੱਲ ਕਰ ਰਿਹਾ ਵਰਨ ਗੱਲ ਕਰ ਰਿਹਾ, ਕਿਉਂਕਿ ਮੈਂ ਬੰਬੇ ਤੋਂ ਮੈਂ ਲੈ ਕੇ ਗਿਆ ਸੀ ਟੀਮ, ਸੋ ਮੈਂ ਪੰਜਾਬ ਦੇ ਟੇਲੈਂਟ ਨੂੰ ਬੰਬੇ ਲੈ ਕੇ ਗਿਆ, ਕਰਤਾਰ ਰਵੜਾ ਜੀ ਨੂੰ, ਜਸਪਿੰਦਰ ਨਰੂਲਾ ਜੀ ਨੂੰ, ਹੋਰ ਬਹੁਤ ਸਾਰੇ ਰਾਗੀ, ਹੋਰ ਬਹੁਤ ਸਾਰੇ ਸਿੰਗਰ ਜਿਹੜੇ ਉਹਨਾਂ ਨੂੰ ਮੈਂ ਸਿਲੈਕਟ ਕਰਕੇ ਲੈ ਕੇ ਗਿਆ ਸੀਗਾ। ਸੋ ਬੜਾ ਮਤਲਬ ਪਰਮਾਤਮਾ ਨੇ ਐਸੀਆਂ ਚੀਜ਼ਾਂ ਕੁਝ ਦਿੱਤੀਆਂ ਜਿਹੜੀਆਂ ਕਿ ਜਿਹਨਾਂ ਦੀ ਸ਼ੁਰੂਆਤ ਜਿਸ ਤਰ੍ਹਾਂ ਹਰਭਜਨ ਮਾਨ ਜੀ ਦਾ ਪਹਿਲਾ ਗਾਣਾ ਚਿੱਠੀ ਨਹੀਂ ਚਿੱਠੀ,
ਦੂਰਦਰਸ਼ਨ ਦੀ, ਕਿਉਂਕਿ ਉਦੋਂ ਪਹਿਲਾਂ ਟੇਪ ਨਹੀਂ ਆਉਂਦੀ ਸੀ, ਸਭ ਤੋਂ ਪਹਿਲਾਂ ਕੋਈ ਵੀ ਗਾਣਾ ਦੂਰਦਰਸ਼ਨ ਤੇ ਹੁੰਦਾ ਸੀ, ਦੂਰਦਰਸ਼ਨ ਤੇ ਗਾਣਾ ਜੇ ਹਿੱਟ ਹੁੰਦਾ ਸੀ ਫਿਰ ਉਹਦੀ ਟੇਪ ਆਉਂਦੀ ਸੀਗੀ। ਸੋ ਚਿੱਠੀਏ ਦੇ ਚਿੱਠੀਏ ਗਾਣਾ ਭਗਵੰਤ ਹਰਭਜਨ ਮਾਨ ਜੀ ਦਾ, ਉਹ ਮੈਂ ਰਿਕਾਰਡ ਕੀਤਾ ਸੀ, ਸਾਬਰ ਕੋਟੀ ਦਾ ਪਹਿਲਾ ਗੀਤ, ਮਾਸਟਰ ਸਲੀਮ ਦੀ ਪਹਿਲੀ ਟੇਪ ਚਰਖੀ, ਮੰਗੀ ਮਾਲ ਦਾ ਪਹਿਲਾ ਗਾਣਾ, ਬਲਰਾਜ ਦਾ ਪਹਿਲਾ ਗਾਣਾ, ਅਮਰ ਨੂਰੀ ਦੀ ਪਹਿਲੀ ਫਿਲਮ, ਰਜਿੰਦਰ ਰੂਪ ਦੀ ਪਹਿਲੀ ਫਿਲਮ, ਮਤਲਬ ਪਤਾ ਨਹੀਂ ਕਿੰਨੇ ਆਰਟਿਸਟ ਆ ਜਿਹਨਾਂ ਨੂੰ ਮਤਲਬ ਸ਼ੁਰੂਆਤ ਜਿਹੜੀ ਆ ਉਹ ਮੇਰੇ ਤੋਂ ਹੋਈ ਹੈ। ਤੇ ਮੈਨੂੰ ਉਹਦੇ ਨਾਲ ਫਖਰ ਹੁੰਦਾ ਕਿ ਯਾਰ ਦੇਖੋ ਹਰ ਬੰਦੇ ਨੇ ਆਪਦਾ ਮਤਲਬ ਜੋ ਲਿਖਿਆ ਉਹੀ ਖਾਣਾ, ਲੇਕਿਨ ਕਿਸੇ ਨਾ ਕਿਸੇ ਮੈਨੂੰ ਵੀ ਕਿਸੇ ਬੰਦੇ ਨੇ ਆਸ਼ੀਰਵਾਦ ਦਿੱਤਾ, ਮੇਰੀ ਵੀ ਸ਼ੁਰੂਆਤ ਕਿਸੇ ਨਾ ਕਿਸੇ ਇਨਸਾਨ ਤੋਂ ਹੋਈ ਹੈ। ਸੋ ਮੈਨੂੰ ਬਹੁਤ ਜ਼ਿਆਦਾ ਚਾਂਸ ਮਿਲਿਆ ਕਿ ਅੱਜ ਦੀ ਡੇਟ 'ਚ ਵੀ ਹੁਣ ਬੜੇ ਬੱਚੇ ਆ, ਮੈਂ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਬੱਚੇ ਮੇਰੇ ਕੋਲ ਆ ਜਾਂਦੇ ਆ ਕਿ ਸਾਨੂੰ ਪ੍ਰਮੋਟ ਕਰ ਦਿਉ, ਮੈਂ ਉਹਨਾਂ ਬੱਚਿਆਂ ਨੂੰ ਆਪਦੇ ਘਰ 'ਚ ਬੁਲਾ ਕੇ ਚਾਹ ਪਾਣੀ ਪਿਲਾ ਕੇ ਉਹਨਾਂ ਬੱਚਿਆਂ ਨੂੰ ਕਹਿੰਦੇ ਗਾਓ ਤੁਸੀਂ ਕੀ ਗਾਉਂਦੇ ਹੋ, ਤਾਂ ਮੈਂ ਇੱਕ ਵੀਡੀਓ ਜਸਟ ਬਣਾ ਕੇ ਪਾ ਦਿੰਦਾ ਜਿਹੜਾ ਕਿ 15-15, 20-20 ਲੱਖ ਵਿਊਜ਼ ਇਹਨਾਂ ਦੇ ਹੋ ਜਾਂਦੇ ਆ। ਅਤੇ ਜਦਕਿ ਕਿਸੇ ਰਿਲੀਜ਼ ਗਾਣੇ ਦੇ ਵੀ ਕਈ ਵਾਰੀ 4 ਲੱਖ ਜਾਂ 5 ਲੱਖ ਤੋਂ ਵੱਧ ਟੱਪਦੇ ਨਹੀਂ, ਜਿਹਦੇ 'ਤੇ 10-20 ਲੱਖ ਲੱਗਿਆ ਹੁੰਦਾ, ਤਾਂ ਉਸ ਤੋਂ ਬਾਅਦ ਉਹ ਬੱਚੇ ਜਿਹੜੇ ਉਹਨਾਂ ਨੂੰ ਸਾਰੀ ਦੁਨੀਆ ਪੁੱਛਣ ਲੱਗ ਪੈਂਦੀ ਹੈ, ਚੈਨਲ ਵਾਲੇ ਚੱਕ ਲੈਂਦੇ ਆ, ਅਤੇ ਉਹ ਬੱਚੇ ਦੁਬਾਰਾ ਮੇਰੇ ਕੋਲ ਨਹੀਂ ਆਉਂਦੇ। ਮੈਨੂੰ ਇਸ ਚੀਜ਼ ਦਾ ਕੋਈ ਗਿਲਾ ਨਹੀਂ, ਕਿਉਂਕਿ ਮੈਂ ਜੋ ਕੰਮ ਕਰਨਾ ਸੀ ਮੈਂ ਕਰ ਦਿੱਤਾ, ਮੇਰੀ ਬੂਟਾ ਲਗਾਉਣਾ ਸੀ ਲਗਾ, ਮੇਰੀ ਜ਼ਮੀਰ ਮੈਨੂੰ ਪਤਾ, ਉਹਨੂੰ ਵੀ ਪਤਾ, ਉਹ ਆਰਟਿਸਟ ਮੇਰੇ ਨਾਲ ਅੱਖ ਮਿਲਾ ਕੇ ਫਿਰ ਕਦੇ ਗੱਲ ਨਹੀਂ ਕਰਦਾ, ਜਿਹਨੂੰ ਪਤਾ ਹੁੰਦਾ ਕਿ ਅਸੀਂ ਕਿਸੇ ਟਾਈਮ ਕਿੱਥੋਂ ਸ਼ੁਰੂ ਹੋਏ ਸੀਗੇ, ਅੱਜ ਅਸੀਂ ਜੋ ਮਰਜ਼ੀ ਬਣ ਗਏ ਹਾਂ, ਲੇਕਿਨ ਸ਼ੁਰੂਆਤ ਸਾਡੀ ਇੱਥੋਂ ਹੋਈ ਆ। ਪਰ ਮੈਂ ਦੇਖ ਕੇ ਖੁਸ਼ ਹੁੰਦਾ ਕਿ ਸਾਡੇ ਬੂਟੇ ਲਾਏ ਆ ਫਲ, ਕਿਉਂਕਿ ਮਾਲੀ ਦਾ ਕੰਮ ਜਿਹੜਾ ਆਉਂਦਾ ਨਾ, ਉਹਨੇ ਬੂਟੇ ਲਾਉਣੇ ਆ, ਮਾਲੀ ਦਾ ਅਧਿਕਾਰ ਨਹੀਂ ਹੁੰਦਾ, ਅਧਿਕਾਰ ਘਰ ਵਾਲਿਆਂ ਦਾ ਹੁੰਦਾ। ਇੱਕ ਕੋਈ ਠੇਕੇਦਾਰ ਹੈ ਜਾਂ ਕੋਈ ਕੰਸਟਰਕਸ਼ਨ ਕਰਨ ਵਾਲੀ ਕੰਪਨੀ ਹੈ, ਉਹ ਚਾਹੇ 1 ਕਰੋੜ ਰੁਪਈਆ ਲਵੇ ਚਾਹੇ 1 ਅਰਬ ਰੁਪਈਆ ਲਵੇ, ਉਹ ਘਰ ਬਣਾ ਕੇ ਆਉਂਦੀ ਹੈ, ਠੀਕ ਹੈ ਨਾ, ਲੇਕਿਨ ਘਰ ਬਣਨ ਤੋਂ ਬਾਅਦ ਇੱਕ ਰਾਤ ਉਹਨਾਂ ਦੇ ਘਰ 'ਚ ਰਹਿ ਨਹੀਂ ਸਕਦੀ, ਉਹਨਾਂ ਦਾ ਅਧਿਕਾਰ ਨਹੀਂ ਹੁੰਦਾ। ਇਹ ਸਮਝ ਲਓ ਆਪਣੇ ਆਪ ਨੂੰ, ਮਨ ਨੂੰ ਸਮਝਾ ਲਓ ਕਿ ਸਾਡਾ ਕੰਮ ਅਸੀਂ ਕੰਸਟਰਕਸ਼ਨ ਕੀਤੀ ਹੈ, ਕਿਸ ਚੀਜ਼ ਦਾ ਘਰ ਵਾਲਿਆਂ ਨੂੰ ਕੋਈ ਪਤਾ ਨਹੀਂ, ਇਹਦੀ ਨੀਂਹ ਕਿੱਥੇ ਹੈ, ਇਹਦੀ ਵਾਇਰ ਕਿੱਥੋਂ ਦੀ ਜਾ ਰਹੀ ਹੈ, ਪਾਣੀ ਦੀ ਪਾਈਪ ਕਿੱਥੋਂ ਦੀ ਜਾ ਰਹੀ, ਘਰ ਵਾਲਿਆਂ ਨੂੰ ਨਹੀਂ ਪਤਾ, ਉਹਨਾਂ ਨੂੰ ਪਤਾ, ਬਟ ਉਹ ਉੱਥੇ ਰਹਿ ਨਹੀਂ ਸਕਦੇ, ਇਹ ਸਿਸਟਮ ਹੈ। ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਕਿੰਨੇ ਸਿੰਗਰ ਜਿਹੜੇ ਅੱਜ ਦੀ ਡੇਟ 'ਚ ਜਿੱਦਾਂ ਆਪਣੇ ਤੁਸੀਂ ਗੱਲ ਕਰਕੇ ਹਰਭਜਨ ਮਾਨ ਜੀ, ਸਾਬਰ ਕੋਟੀ ਹੋਏ, ਹੈ ਨਾ, ਆਪਣੇ ਮਾਸਟਰ ਸਲੀਮ ਅਤੇ ਹੋਰ, ਅਤੇ ਤੁਹਾਡੀ ਜਿਹੜੀ ਸ਼ੁਰੂਆਤ, ਕਿਉਂਕਿ ਹਰ ਇੱਕ ਦੀ ਇੱਕ ਤਰੀਕਾ ਹੁੰਦਾ। ਮੈਂ ਨਾ ਇੱਕ ਬੜੀ ਦੇਰ ਪਹਿਲਾਂ ਤੁਹਾਡੀ ਇੱਕ ਇੰਟਰਵਿਊ ਸੁਣਦਾ ਸੀਗਾ, ਉਹਦੇ 'ਚ ਗੱਲ ਕਰ ਰਹੇ ਸੀਗੇ ਕਿ ਇੱਕ ਟਾਈਮ ਕੀ ਕਿਹਾ ਤੁਸੀਂ ਜਦੋਂ ਸ਼ੁਰੂਆਤੀ ਟਾਈਮ 'ਤੇ ਸੀਗੇ ਕਿ ਪੂਰਾ ਗ੍ਰੰਥ ਸਾਹਿਬ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਉਹ ਤੁਹਾਨੂੰ ਯਾਦ ਸੀ, ਤੁਸੀਂ ਜਿੰਨਾ ਕਲਾਸੀਕਲ ਸੀਗਾ ਉਹ ਤੋਂ ਸਟਾਰਟਿੰਗ ਕੀਤੀ, ਕਿ ਇਹ ਸੱਚ ਗੱਲ ਹੈ? ਕਿਉਂਕਿ ਇਹ ਗੱਲ ਬਹੁਤੀ ਵਾਰੀ ਮੰਨਣ 'ਚ ਨਹੀਂ ਆਉਂਦੀ ਏਦਾਂ ਵੀ ਇਹ ਗੱਲਾਂ ਸੱਚੀਆਂ ਨਾਲ ਜੁੜਦੀਆਂ, ਕਿੱਦਾਂ ਇਹ ਕੀ ਸਬੱਬ ਆ, ਕੀ ਹੈਗਾ? ਨਹੀਂ, ਇਹ ਬਿਲਕੁਲ ਸੱਚੀ ਗੱਲ ਹੈ। ਉਹ ਗੱਲ ਇਹ ਹੈ ਜੀ ਕਿ ਮੇਰੀ ਜਿਹੜੀ ਸ਼ੁਰੂਆਤ ਹੈ ਨਾਰਗੀਰ ਜੀ, ਮੇਰੀ ਸ਼ੁਰੂਆਤ ਹੀ ਜਿਹੜੀ ਹੈ ਉਹ ਗੁਰਬਾਣੀ ਤੋਂ ਹੋਈ ਹੈ। ਅੱਛਾ। ਹਾਂ, ਮੈਂ ਉਦੋਂ 7-8 ਸਾਲ ਦਾ ਸੀਗਾ, ਸਾਡੇ ਘਰ ਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਸੀ, ਬਾਕੀ ਮੇਰਾ ਕੋਈ ਪਿਛੋਕੜ ਮਿਊਜ਼ਿਕ ਦਾ ਨਹੀਂ ਹੈਗਾ, ਮੇਰੇ ਪਰਿਵਾਰ 'ਚ ਹਾਂ ਕੋਈ ਨਹੀਂ, ਮੇਰੇ ਪਰਿਵਾਰ ਦੇ ਵਿੱਚ ਬਿਲਕੁਲ ਅਨਪੜ੍ਹ ਮਤਲਬ ਖੇਤੀਬਾੜੀ ਕਰਨ ਵਾਲੇ ਜ਼ਿਮੀਦਾਰ ਜਿਹੜੇ ਆ, ਉਹਨਾਂ ਨੂੰ ਬਿਲਕੁਲ ਮਰਦੇ ਦਮ ਤੱਕ ਵੀ ਉਹਨਾਂ ਨੂੰ ਸੰਗੀਤ ਆ, ਨਾ ਮੇਰੀ ਮਦਰ ਨੂੰ ਨਾ ਮੇਰੇ ਫਾਦਰ ਨੂੰ, ਉਹਨਾਂ ਨੂੰ ਇੱਥੋਂ ਤੱਕ ਮੇਰੇ ਕਿਸੇ ਗਾਣੇ ਦਾ ਵੀ ਨਹੀਂ ਪਤਾ ਸੀਗਾ ਵੀ ਮੇਰਾ ਕਿਹੜਾ ਗਾਣਾ, ਲੋਕ ਉਹਨਾਂ ਦੱਸਦੇ ਸੀਗੇ। ਅੱਛਾ। ਮਤਲਬ ਉਹਨਾਂ ਦਾ ਦਿਮਾਗ ਹੀ ਨਹੀਂ ਸੀ ਮਿਊਜ਼ਿਕ ਵਾਲੇ ਪਾਸੇ, ਨੋਰਮਲ ਕਈ ਬੰਦੇ ਐਸੇ ਜਿਨ੍ਹਾਂ ਨੂੰ ਬਿਲਕੁਲ ਮਿਊਜ਼ਿਕ ਬਾਰੇ ਪਤਾ ਹੀ ਨਹੀਂ। ਸੋ ਮੇਰੀ ਸ਼ੁਰੂਆਤ ਜਿਹੜੀ ਹੈ ਗੁਰਬਾਣੀ ਤੋਂ ਹੋਈ, ਔਰ ਮੈਂ ਕੰਧ ਟੱਪ ਕੇ, ਮੈਂ ਜਦੋਂ 7 ਸਾਲ ਦਾ ਹੁੰਦਾ ਸੀ ਮੈਂ ਰਾਤ ਨੂੰ ਦੇਖ ਲੈਂਦਾ ਸੀ ਵੀ ਬਾਲਟੀ ਕਿਹੜੀ ਪਈ ਹੈ, ਡਰੰਮ ਕਿਹੜਾ ਪਿਆ, ਮੈਂ ਰੈਡੀ ਰੱਖਦਾ ਸੀ ਵੀ ਸਵੇਰੇ ਤਾਂ ਹਨੇਰਾ ਹੋਊਗਾ, ਸੋ ਮੈਂ ਲਾ ਕੇ ਰੱਖਦਾ ਸੀ, ਮੈਂ ਡਰੰਮ 'ਤੇ ਚੜ੍ਹ ਕੇ ਅੱਗੋਂ ਛਾਲ ਮਾਰ ਕੇ ਜਾਵਾਂ ਨਿਕਲ ਜਾਂਦਾ, ਛੱਪੜ ਦੇ ਕੋਲ ਸਾਡਾ ਘਰ ਹੁੰਦਾ ਸੀ, ਗੁਰਦੁਆਰਾ ਸਾਹਿਬ ਹੁੰਦਾ ਸੀ। ਹਾਂ ਬਿਲਕੁਲ, ਮੈਂ ਨਹਾ ਕੇ ਮੱਲਕ ਦੇ ਨੇ ਜਿਹੜੇ ਜਾਂ ਮੈਂ ਘਰੋਂ ਨਾ ਨਹਾਉਣਾ, ਮੈਨੂੰ ਹਲੇ ਵੀ ਯਾਦ ਵੀ ਛੱਪੜ ਸੀਗਾ, ਛੱਪੜ 'ਤੇ ਜਾ ਕੇ 5 ਇਸ਼ਨਾਨਾਂ ਕਰਕੇ ਗੁਰਦੁਆਰੇ ਚੱਲਿਆ ਵੀ ਖੜਕਾ ਨਾ ਹੋਵੇ।
ਸੋ ਮੈਂ ਪਾਠ ਕਰਨਾ ਸਿੱਖਿਆ ਔਰ ਫਿਰ ਜਦੋਂ ਮੈਂ ਗੁਰਦੁਆਰਾ ਸਾਹਿਬ 'ਚ ਰਹਿਰਾਸ ਪੜ੍ਹਨ ਲੱਗ ਪਿਆ, ਜਪਜੀ ਸਾਹਿਬ ਪੜ੍ਹਨ ਲੱਗ ਪਿਆ, ਹੌਲੀ ਹੌਲੀ ਮੈਂ ਹੋਰ ਸੰਥਿਆ ਲੈਣ ਲੱਗ ਪਿਆ, ਔਰ ਮੈਂ ਜਿਹੜੀ ਸੰਥਿਆ ਲਈ ਹੈ ਉਹ ਸੰਥਿਆ ਵੀ ਮੈਂ ਜੁੜਵੀਂ ਜਿਹੜੀ ਹੱਥ ਲਿਖਤ ਹੁੰਦੀ ਬੀੜ ਉਹਦੇ ਤੋਂ ਮੈਂ ਸੰਥਿਆ ਲਈ ਹੈ, ਜਿਹੜੀ ਹੱਥ ਲਿਖਤ ਦੀ ਬੀੜ ਹੁੰਦੀ ਹੈ ਜਿਹੜੇ ਪੁਰਾਣੇ ਸ਼ਬਦ ਜਿਹੜੇ ਪੁਰਾਣੇ ਇਕੱਠੇ ਲਿਖੇ ਹੈ ਬਿਲਕੁਲ ਉਹਨੂੰ ਬੰਦਾ ਪੜ੍ਹ ਨਹੀਂ ਸਕਦਾ, ਉਹ ਤਾਂ ਹੀ ਤੁਸੀਂ ਪੜ੍ਹ ਸਕਦੇ ਜੇ ਤੁਹਾਡੇ ਯਾਦ ਹੈ, ਜਾਣੀ ਪਹਿਲਾਂ ਤੁਹਾਨੂੰ ਅੰਦਰ ਧਾਰਨ ਕਰਨਾ ਪਊਗਾ ਪਾਠ, ਫਿਰ ਤੁਸੀਂ ਪੜ੍ਹੋਗੇ, ਫਿਰ ਤੁਹਾਨੂੰ ਸਿਰਫ ਇੱਕ ਉਹਨੇ ਦੱਸਣਾ ਇਸ਼ਾਰਾ ਹੀ ਦੇਣਾ, ਪੜ੍ਹਨਾ ਤੁਸੀਂ ਅੰਦਰੋਂ ਹੈ, ਯਾਦ ਤੁਹਾਨੂੰ ਅੰਦਰੋਂ ਆਉਣਾ ਚਾਹੀਦਾ। ਸੋ ਮੈਂ ਸੰਥਿਆ ਉਹਦੇ ਤੋਂ ਲਈ ਸੀਗੀ, ਜਿਹਦੇ ਕਰਕੇ ਮੈਂ ਜਦੋਂ ਆਮ ਇਲੈਕਟ੍ਰੋਨਿਕ ਛਪੀਆਂ ਬੀੜਾਂ ਪੜ੍ਹਦਾ ਸੀ ਅਤੇ ਉਹ ਤਾਂ ਫਿਰ ਮੇਰੇ ਲਈ ਬਿਲਕੁਲ ਈਜ਼ੀ ਹੋ ਜਾਂਦਾ ਸੀਗਾ। ਸੋ ਪਾਠ ਮੈਂ ਫਿਰ ਪ੍ਰੋਫੈਸ਼ਨਲ ਤੌਰ 'ਤੇ ਲੋਕ ਮੈਨੂੰ ਕਲਕੱਤੇ ਤੱਕ, ਕਾਨਪੁਰ ਤੱਕ, ਰਾਜਸਥਾਨ ਤੱਕ, ਹਾਂ ਹੇਮਕੁੰਡ ਸਾਹਿਬ ਤੱਕ, ਹਿਮਾਚਲ ਤੱਕ, ਮੈਂ 10-12 ਸਾਲ ਦੀ ਉਮਰ 'ਚ ਮੈਨੂੰ ਲੋਕ ਲੈ ਜਾਂਦੇ ਸੀਗੇ, ਮੈਂ ਪਾਠ ਪੜ੍ਹਦਾ ਸੀਗਾ। ਫਿਰ ਮੈਂ ਜਦੋਂ ਪਾਠ ਪੜ੍ਹਦਾ ਸੀ 6-8 ਦੀ ਰੌਲ ਹੁੰਦੀ ਸੀ, ਸ਼ਾਮ ਨੂੰ ਫਿਰ 6-8 ਦੀ ਰੌਲ ਹੁੰਦੀ ਸੀ ਮੋਰਨਿੰਗ, ਜਿੱਥੇ ਸਪੀਕਰ ਲੱਗਦਾ ਅਤੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਸੀ, ਨਾਲ ਮੈਨੂੰ ਵੀ ਪਲਕਾਂ ਦੇ ਕੋਲ ਲਿਆ ਕੇ ਰੱਖ ਜਾਂਦੇ ਹੁੰਦੇ ਸੀਗੇ, ਮੈਂ ਜਦੋਂ ਉੱਠਣਾ ਅਤੇ ਭਾਣ ਪਈ ਹੁੰਦੀ ਸੀ ਮੈਂ ਚੁੱਕ ਜੀਵ 'ਚ ਪਾ ਲੈਂਦਾ ਸੀਗਾ। ਨਹੀਂ ਸੋਰੀ, ਅਤੇ ਸਿੱਧੂ ਸਾਹਿਬ ਕੀ ਖਾਸੀਅਤ ਕੀ, ਮਤਲਬ ਲੋਕ ਤੁਹਾਨੂੰ ਕਿਉਂ? ਮੈਂ ਬੱਚਾ ਸੀਗਾ, ਗੁਰਬਾਣੀ ਮੇਰੀ ਸ਼ੁੱਧ ਸੀ, ਪੜ੍ਹਨ ਦੇ ਤਰੀਕਾ ਹਾਂ ਬਿਲਕੁਲ, ਮੈਂ ਗੁਰਬਾਣੀ ਮੇਰੀ ਸ਼ੁੱਧ ਸੀਗੀ, ਮੈਂ ਬੱਚਾ ਸੀ, ਮੈਨੂੰ ਸ਼ੌਕ ਸੀ, ਮੈਂ ਅੰਦਰੋਂ ਪੜ੍ਹਦਾ ਸੀਗਾ, ਉਹ ਜਦ ਮੈਂ ਮਤਲਬ ਕਹਿ ਲਓ ਇੱਕ ਤਰਜ਼ਾਂ 'ਚ ਪੜ੍ਹਦਾ ਸੀਗਾ ਮੈਂ। ਅੱਛਾ, ਰਾਤ ਪੜ੍ਹਦਾ ਦੇ ਵਿੱਚ ਇੱਕ ਪੱਠੀ ਹੁੰਦਾ, ਉਹ ਸਿੱਧਾ ਪਾਠ ਪੜ੍ਹਦਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ, ਇੱਕ ਹੀ ਹੋ ਗਿਆ, ਇੱਕ ਹੋ ਗਿਆ, ਇੱਕ ਓਂਕਾਰ ਸਤਨਾਮ ਕਰਤਾ ਜਪਿਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਤੇ ਸੱਚ। ਮਤਲਬ ਮੈਂ ਗਾਇਨ ਕਰਦਾ ਸੀ ਪਾਠ ਜੀ, ਜਿਵੇਂ ਰਾਗੀ ਗਾਇਨ ਕਰਦੇ ਆ ਨਾ, ਇੱਕ ਹੁੰਦਾ ਪਾਠੀ ਪਾਠ ਪੜ੍ਹਨਾ, ਸੋ ਉਹਦੇ ਕਰਕੇ ਲੋਕਾਂ ਨੂੰ ਆਨੰਦ ਆਉਂਦਾ ਸੀਗਾ, ਫਿਰ ਲੋਕ ਇਸ ਕਰਕੇ ਖੁਸ਼ ਹੋ ਕੇ, ਬੱਚਾ ਇੱਕ ਮੈਂ ਬੱਚਾ ਹੁੰਦਾ ਸੀ, ਲੋਕ ਹੈਰਾਨ ਹੁੰਦੇ ਆ, ਹੁਣ ਵੀ ਆਪਾਂ ਕਿਸੇ ਬੱਚੇ ਨੂੰ ਕੋਈ ਕੰਮ ਕਰਦਾ ਦੇਖ ਲਈਏ ਆਪਾਂ ਖੁਸ਼ ਹੋ ਜਾਂਦੇ ਹਾਂ, ਜਦਕਿ ਉਹ ਵੱਡਾ ਬੰਦਾ ਉਹ ਕੰਮ ਕਰੇ ਤਾਂ ਆਪਾਂ ਨੂੰ ਹੁੰਦਾ ਠੀਕ ਹੈ ਬੰਦਾ ਕੰਮ ਕਰਦਾ, ਬੱਚੇ ਨੂੰ ਐਪਰੀਸ਼ੀਏਟ ਕਰਦੇ। ਸੋ ਉਹ ਮੈਂ ਇੰਨਾ ਕੁ ਜ਼ਿਆਦਾ ਮੈਨੂੰ ਹੋ ਗਿਆ ਵੀ ਮੈਂ 3-3 ਰੌਲਾਂ ਇਕੱਠੀਆਂ ਲਾਉਂਦਾ ਹੁੰਦਾ ਸੀਗਾ, ਜਦ ਮੈਂ ਜਦੋਂ ਕਹਿੰਦਾ ਸੀ ਪਾਠੀ ਆ ਜਾਂਦਾ ਸੀਗਾ ਕਿ ਮੇਰੀ ਵਾਰੀ ਆ ਗਈ, ਮੈਂ ਇਹਨੂੰ ਕਹਿੰਦਾ ਸੀ ਜਾ ਤੂੰ ਮੈਂ ਲੰਘ, ਉਹਨਾਂ ਨੂੰ ਪਤਾ ਸੀਗਾ ਵੀ ਇਹ ਹੁਣ ਜਦੋਂ ਇਹਦਾ ਦਿਲ ਕੀਤਾ ਉਦੋਂ ਉੱਠੂਗਾ, ਮੈਨੂੰ ਇਸ਼ਕ ਹੁੰਦਾ ਸੀਗਾ ਦਿਲੋਂ, ਮੈਂ ਕਰਦਾ ਹੁੰਦਾ ਸੀ ਹੌਲੀ 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 ਪ੍ਰੋਫੈਸ਼ਨਲੀ। ਫਿਰ ਮੈਂ ਫਿਰ ਮੈਨੂੰ ਕੋਈ ਐਸੇ ਲੋਕ ਮਿਲੇ ਜਿਹੜੇ ਮੈਨੂੰ ਕਹਿਣ ਲੱਗੇ ਵੀ ਤੇਰੇ ਅੰਦਰ ਰਾਗ ਤੇਰੇ ਅੰਦਰ ਹੈ ਲੇਕਿਨ ਤੂੰ ਵਾਜਾ ਨਹੀਂ ਸਿੱਖਦਾ, ਤੂੰ ਵਾਜਾ ਸਿੱਖ। ਫਿਰ ਮੈਂ ਹਾਰਮੋਨੀਅਮ ਸਿੱਖਣ ਲੱਗ ਪਿਆ, ਫਿਰ ਢੋਲਕ ਸਿੱਖੀ, ਫਿਰ ਤਬਲਾ ਸਿੱਖਿਆ, ਫਿਰ ਮੈਂ ਕੀਰਤਨ ਕਰਨ ਲੱਗ ਪਿਆ। ਅੱਛਾ, ਫਿਰ ਚੰਗੇ ਚੰਗੇ ਰਾਗੀਆਂ ਦੇ ਨਾਲ, ਬਸੰਤ ਕਰਤਾਰ ਸਿੰਘ ਖਾਲਸਾ ਜੀ ਦੇ ਨਾਲ ਇੱਕ ਪੂਰਾ ਗਰੁੱਪ ਜਿਹੜਾ ਮਤਲਬ ਇੱਕ ਹਫ਼ਤਾ ਮੈਂ ਨਾਲ ਕੀਰਤਨ ਕੀਤਾ ਉਹਨਾਂ ਦੀ। ਸੋ ਹਾਂ, ਉਸ ਤੋਂ ਬਾਅਦ ਫਿਰ ਪਾਲ ਸਿੰਘ ਪੰਛੀ, ਦਿਆ ਸਿੰਘ ਦਿਲਬਰ, ਸੰਤਾ ਸਿੰਘ ਸੇਵਕ, ਜੋਗਿੰਦਰ ਸਿੰਘ ਸ਼ੇਰਪੁਰੀ, ਇਹ ਬੜੇ ਵੱਡੇ ਵੱਡੇ ਉਸ ਵਕਤ ਦੇ ਜਿਹੜੇ ਢਾਡੀ ਰਾਧੀ ਕਮਿਸ਼ਨ ਸੀਗੇ, ਇਹਨਾਂ ਸਾਰਿਆਂ ਦੇ ਨਾਲ ਮੈਂ ਕੰਮ ਕਰਦਾ ਰਿਹਾ। ਫਿਰ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਥੋੜ੍ਹੀ ਦੇਰ ਕੰਮ ਕੀਤਾ, ਅਤੇ ਬਸ ਮੈਂ ਮੇਰੇ ਮਨ ਨੂੰ ਟਿਕਾ ਨਹੀਂ ਆਇਆ ਕਿਤੇ, ਮਨ ਬੇਚੈਨ ਹੀ ਰਹਿੰਦਾ ਸੀਗਾ। ਫਿਰ ਤੁਹਾਡਾ ਮੇਲ ਉਸਤਾਦ ਸ਼੍ਰੀ ਜਮਨ ਜੱਟ ਜੀ ਦੇ ਨਾਲ? ਇਹ ਬਹੁਤ ਦੇਰ ਬਾਅਦ ਵਿੱਚ, ਮੇਰਾ ਇੱਕ ਸਟੂਡੈਂਟ ਸੀਗਾ ਬੂਟਾ ਸਿੰਘ ਪੰਧੀ, ਉਹ ਮੇਰੇ ਕੋਲ ਸਿੱਖਦਾ ਸੀਗਾ, ਪਰ ਉਹ ਕਿਸੇ ਜ਼ਮਾਨੇ 'ਚ ਉਹ ਜਵਾਨੀ 'ਚ ਸਿੰਗਰ ਸੀਗਾ, ਡਿਊਟ ਸਿੰਗਰ। ਪਰ ਉਹ ਜਿਵੇਂ ਕਈ ਹੁੰਦੇ ਨਾ ਸਿੰਗਰ ਵੀ ਜਿਹੜੇ ਸੱਚੇ ਸਿੰਗਰ ਹੁੰਦੇ, ਉਹ ਕਹਿੰਦੇ ਯਾਰ ਅਸੀਂ ਤਾਂ ਤੂੰਬੀ ਨਾਲ ਹੀ ਗਾਇਆ, ਕਲਾਸੀਕਲ ਨਹੀਂ ਸਿੱਖ ਸਕੇ, ਅਤੇ ਮੈਂ ਕਲਾਸੀਕਲ ਦਾ ਬਾਹਰ ਹੁੰਦਾ ਸੀ, ਤਾਂ ਉਹ ਮੇਰੇ ਤੋਂ ਕਲਾਸੀਕਲ ਸਿੱਖਣ ਵਾਸਤੇ ਆਉਂਦਾ ਸੀਗਾ। ਓਕੇ, ਉਹਨੇ ਫਿਰ ਮੈਨੂੰ ਗਾਈਡ ਕੀਤਾ ਵੀ ਮਾਸਟਰ ਜੀ ਕਲਾਸੀਕਲ ਤਾਂ ਤੁਸੀਂ ਬਹੁਤ ਵਧੀਆ ਜਾਣਦੇ ਹੋ, ਪਰ ਤੁਸੀਂ ਕਲਾਸੀਕਲ ਐਂ ਗਾਉਂਦੇ ਰਹਿ ਜਾਓਗੇ, ਟੀਚਰ ਹੀ ਰਹਿ ਜਾਓਗੇ,
ਮੈਂ ਤੁਹਾਨੂੰ ਮਾਰਕੀਟ 'ਚ ਲੈ ਕੇ ਜਾਂਦਾ ਸੀ, ਉਹ ਮੈਨੂੰ ਯਮੁਨਾ ਜੀ ਕੋਲ ਲੈ ਕੇ ਗਏ ਸੀਗੇ 79 ਦੇ ਵਿੱਚ, 1979. ਸੋ ਉਹ ਫਿਰ ਉੱਥੇ ਮੈਨੂੰ ਉਹਨਾਂ ਨੇ ਜਦੋਂ ਬੁਲਾਇਆ ਯਮੁਨਾ ਜੀ ਨੂੰ, ਅਤੇ ਯਮੁਨਾ ਜੀ ਕਹਿੰਦੇ ਸੁਣਾ ਵੀ ਕੀ ਜਾਣਦਾ, ਮੈਂ ਉੱਥੇ ਫਿਰ ਦਰਬਾਰੀ ਰਾਗ ਸੁਣਾਇਆ. ਤਾਂ ਉਹ ਫਿਰ ਜਦੋਂ ਮੈਂ ਗਾਇਆ ਅਤੇ ਫਿਰ ਜਿੰਨੇ ਉਹਨਾਂ ਦੇ ਸ਼ਾਗਿਰਦ ਸੀਗੇ ਉਹ ਸਾਰੇ ਇਕੱਠੇ ਹੋ ਗਏ, ਨਾਲ ਮੱਲਾ ਇਕੱਠਾ ਹੋ ਗਿਆ. ਅੱਛਾ. ਉਹ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਵੀ ਇਹ ਤਾਂ ਯਾਰ ਬੜਾ, ਕਿਉਂਕਿ ਯਮੁਨਾ ਜੀ ਦੀ ਜਿਹੜੀ ਫੈਮਿਲੀ ਸੀ ਉਹ ਕਲਾਸੀਕਲ ਨਹੀਂ ਜਾਣਦੀ ਸੀਗੀ, ਉਹ ਕਲਾਸੀਕਲ ਰੰਗ ਬਾਰੇ ਨਹੀਂ ਜਾਣਦੇ ਸੀ, ਫੋਕ ਬਾਰੇ ਜਾਣਦੇ ਸੀ, ਸੂਫੀ ਮਿਊਜ਼ਿਕ ਬਾਰੇ ਜਾਣਦੇ ਸੀਗੇ. ਬਟ ਉਹ ਚਾਹੁੰਦੇ ਸੀਗੇ ਵੀ ਮੇਰੇ ਬੱਚੇ ਕਲਾਸੀਕਲ ਸਿੱਖਣ. ਸੋ ਫਿਰ ਉਹ ਮੈਨੂੰ ਕਹਿੰਦੇ ਤੂੰ ਸਾਡੇ ਇੱਥੇ ਡੇਰੇ 'ਚ ਰਹਿ, ਇਹਨਾਂ ਨੂੰ ਤੂੰ ਸਿਖਾਇਆ ਕਰ ਕਲਾਸੀਕਲ, ਰਾਗ ਗਾਇਆ ਕਰੋ, ਇਹ ਤੈਨੂੰ ਤੂੰ ਵੀ ਸਿਖਾਉਣਗੇ, ਇਹ ਤੈਨੂੰ ਫੋਕ ਸਿਖਾਉਣਗੇ, ਅਤੇ ਫੋਕ ਵੀ ਸਿੱਖ. ਅੱਛਾ. ਉਦੋਂ ਤੱਕ ਮੈਨੂੰ ਫੋਕ ਨਹੀਂ ਆਉਂਦਾ ਸੀਗਾ, ਕਿਉਂਕਿ ਮੇਰੇ ਉਸਤਾਦ ਨੇ ਕਿਹਾ ਸੀਗਾ ਜੇ ਮੇਰੇ ਕੋਲ ਰਹਿਣਾ ਤਾਂ ਤੈਨੂੰ ਕਲਾਸੀਕਲ ਹੀ ਸਿੱਖਣਾ ਪੈਣਾ, ਕਿਉਂਕਿ ਜਿਹੜੇ ਸ਼ਾਸਤਰੀ ਸੰਗੀਤ ਸਿਖਾਉਣ ਵਾਲੇ ਬੰਦੇ ਉਹਨਾਂ ਦੀ ਪਹਿਲੀ ਸ਼ਰਤ ਹੁੰਦੀ ਹੈ ਕਿ ਲਾਈਟ ਨਹੀਂ ਗਾਏਗਾ, ਕਲਾਸੀਕਲ ਹੀ ਗਾਏਗਾ. ਸੋ ਉੱਥੇ ਮੈਨੂੰ ਮਨਾ ਸੀਗਾ ਗਾਉਣਾ, ਪੰਜਾਬੀ ਗਾਣਾ ਜਾਂ ਹਿੰਦੀ ਗਾਣਾ ਗਾਉਣ, ਮੈਂ ਗਾ ਨਹੀਂ ਸਕਦਾ. ਉਹ ਕਹਿੰਦੀ ਪਹਿਲਾਂ ਕਲਾਸੀਕਲ ਸਿੱਖੋ ਤੁਸੀਂ, ਕਿਉਂਕਿ ਖਿਆਲ ਗਾਇਕੀ ਦੇ ਵਿੱਚ ਜਿਹੜਾ ਇੱਕ ਨਿਯਮ ਹੈ ਕਿ ਤੁਸੀਂ ਜਿਹੜੇ ਰਾਗ ਹੁੰਦੇ ਆ ਉਹ ਰਾਗਾਂ ਨੂੰ ਤੁਸੀਂ ਪੂਰਨ ਤੌਰ 'ਤੇ ਗਾਉਣਾ, ਤੁਸੀਂ ਉਹਦੇ 'ਚ ਕੋਈ ਸੁਰ ਵੱਧ ਘੱਟ ਨਹੀਂ ਲਾਉਣਾ. ਜੇ 7 ਲੱਗਦੇ ਆ ਅਤੇ ਫਿਰ 8 ਨਹੀਂ ਲਾਉਣੀ, ਅਤੇ 6 ਲੱਗ, 5 ਰਾਗਾਂ ਦੇ ਸੁਰਾਂ ਦੇ ਰਾਗ ਵੀ ਹੁੰਦੇ ਆ, ਔੜਵ ਸ਼ਾੜਵ ਸੰਪੂਰਨ. ਸੋ ਕਈ ਰਾਗ ਜਿਹੜੇ ਹੁੰਦੇ ਆ ਔੜਵ ਹੁੰਦੇ ਆ, 5 ਰਾਗ ਸੁਰ ਲੱਗਦੇ ਆ, ਜਿਵੇਂ ਭੋਪਾਲੀ ਹੈ ਸਾ ਰੇ ਗਾ ਪਾ ਦਾ ਸਾ ਦਾ ਪ ਗਾ ਰੇ ਸਾ, ਇਹ 5 ਲੱਗਦੀ ਹੈ, ਇਹ 'ਚ ਮਾਂ ਨਹੀਂ ਲੱਗਦਾ, ਤੁਸੀਂ ਮਾਂ ਲਾ ਨਹੀਂ ਸਕਦੇ, ਲਾ ਤਾਂ ਅਤੇ ਰਾਗ ਨਹੀਂ ਹੈਗਾ. ਅੱਛਾ. ਹਾਂ, ਇਹਦੇ 'ਚ ਨੀ ਨਹੀਂ ਲੱਗਦਾ, ਜੇ ਨੀਲਾ ਤਾਂ ਫਿਰ ਵੀ ਰਾਗ ਨਹੀਂ ਹੈਗਾ, ਡਿਸਕੁਆਲੀਫਾਈਡ ਹੋ ਜਾਂਦਾ ਹੈ ਨਾ. ਸੋ ਉੱਥੇ ਫਿਰ ਮੈਂ ਉਹਨਾਂ ਦੇ ਕੋਲ ਰਿਹਾ, ਫਿਰ ਉੱਥੋਂ ਹੀ ਮੇਰੀ ਸ਼ੁਰੂਆਤ ਜਿਹੜੀ ਹੈ ਉਹ ਜਦੋਂ ਮਾਰਕੀਟ ਆ, ਉਹ ਬਹੁਤ ਤਕੜੀ ਜਵਾਹਰ ਨਗਰ ਮਾਰਕੀਟ ਸੀਗੀ. ਸੋ ਉੱਥੇ ਵਸਨੀਕ ਸਾਹਿਬ ਵੀ ਆਉਂਦੇ ਸੀਗੇ ਮਜੀਸ਼ੀਅਨ ਲੈਣ ਵਾਸਤੇ, ਫਿਰ ਆਈ ਕਿਤੇ ਲੋੜ ਪਈ ਮੈਨੂੰ ਉਹ ਲੈ ਗਏ, ਫਿਰ ਕਦੇ ਰਮਲਾ ਜੀ ਨੂੰ ਲੋੜ ਪਈ ਉਹ ਲੈ ਗਏ, ਫਿਰ ਚਮਕੀਲੇ ਨੂੰ ਲੋੜ ਪਈ ਉਹ ਲੈ ਗਏ, ਜਗਮੋਹਨ ਕੌਰ ਆ ਗਈ ਉਹ ਲੈ ਗਈ, ਕੇਦੀਪ ਨੂੰ ਲੋੜ ਪਈ ਉਹ ਲੈ ਗਏ, ਪਾਲ ਸਿੰਘ ਪੰਛੀ ਨੂੰ ਲੋੜ ਪਈ ਉਹ ਲੈ ਗਏ, ਬੜੇ ਆਰਟਿਸਟ ਹੁੰਦੇ, ਸੀਤਲ ਸਿੰਘ ਸੀਤਲ ਸੋਨੀਆ. ਤੁਸੀਂ ਸਾਰਿਆਂ ਨਾਲ ਹੀ? ਮੈਂ ਇਹ ਟੂ ਜ਼ੈਡ ਆਰਟਿਸਟਾਂ ਨਾਲ ਮੈਂ ਹਾਰਮੋਨੀਅਮ ਪਲੇ ਕਰਦਾ ਸੀ. ਉਦੋਂ ਬਾਅਦ ਫਿਰ ਮੈਂ ਸਾਰਿਆਂ ਦੀ ਘਾਟ ਬਣ ਗਿਆ, ਫਿਰ ਹਰ ਬੰਦਾ ਕਹਿੰਦਾ ਹੁੰਦਾ ਨਹੀਂ ਅੱਜ ਮੇਰੇ ਨਾਲ ਜਾਣਾ, ਫਿਰ ਉਹ ਚੱਕ ਕੇ ਗੱਡੀ 'ਚ ਪਹਿਲਾਂ ਲੈ ਜਾਂਦਾ ਸੀ, ਉਹ ਗੱਡੀ 'ਚ ਲੁਹਾ ਕੇ ਲੈ ਜਾਂਦਾ ਸੀ, ਤਾਂ ਮੈਂ ਪਹਿਲਾਂ ਨੂੰ ਕਿਹਾ ਲੜ ਲੜ ਕੇ, ਲੋਕ ਲੜਦੇ ਹੁੰਦੇ ਸੀ ਕਲਾਕਾਰ, ਮੈਂ ਇਹਨੂੰ ਲੈ ਕੇ ਜਾਣਾ, ਉਹ ਕਹਿੰਦਾ ਸੀ ਮੈਂ ਇਹਨੂੰ ਲੈ ਕੇ ਜਾਣਾ. ਸੋ ਫਿਰ ਉਸ ਤੋਂ ਬਾਅਦ ਮੈਂ 83 ਤੋਂ ਬਾਅਦ 82 ਦੇ ਵਿੱਚ ਐਂਡ 'ਚ ਫਿਰ ਮੈਂ ਮਤਲਬ ਗਾਉਣ ਵਾਲੇ ਪਾਸੇ ਮੈਨੂੰ ਲੱਗਿਆ ਕਿ ਯਾਰ ਇਹ ਵੀ ਇਹ ਜਿਹੜੇ ਸਿੰਗਰ ਗਾ ਰਹੇ ਆ ਕੋਈ ਮੇਰੇ ਨਾਲ ਜ਼ਿਆਦਾ ਤਾਂ ਨਹੀਂ ਗਾਉਂਦੇ, ਮੇਰੇ ਨਾਲ ਜ਼ਿਆਦਾ ਨੌਲੇਜ ਵੀ ਹੈ ਨਹੀਂ ਇਹਨਾਂ ਨੂੰ, ਠੀਕ ਹੈ ਗਾ ਰਹੇ ਆ, ਅਤੇ ਮੈਨੂੰ ਫਿਰ ਮੇਰੇ ਚੇਲੇ ਵਾਲ ਕੇ ਉਹ ਹੀ ਕਹਿਣ ਲੱਗੇ ਵੀ ਤੁਸੀਂ ਵੀ ਗਾਓ, ਫਿਰ ਮੈਂ ਗਾਉਣ ਵਾਲੇ ਪਾਸੇ ਧਿਆਨ ਦਿੱਤਾ. ਪਰ ਉਸ ਟਾਈਮ 'ਤੇ ਮੈਨੂੰ ਲੱਗਦਾ ਸਿੱਧੂ ਸਾਹਿਬ ਜ਼ਿਆਦਾ ਜੇ ਦੁਗਾਣੇ ਜੋੜੀਆਂ ਜਿਹੜੀਆਂ ਉਹ ਕਾਮਯਾਬ ਸੀ ਉਸ ਟਾਈਮ 'ਤੇ, ਦੁਗਾਣੇ ਸੀ ਦੁਗਾਣੇ, ਅਤੇ ਤੁਸੀਂ ਵੀ ਦੁਗਾਣੇ ਨਾਲ ਹੀ, ਮੈਂ ਕਿਉਂਕਿ ਮੈਂ ਪੁਰਾਣਾ ਇੱਕ ਤਰ੍ਹਾਂ ਸੁਣ ਦੇਖਦਾ ਸੀਗਾ ਅਮਰ ਨੂਰੀ ਦੇ ਨਾਲ ਜੀ, ਅਤੇ ਤੁਹਾਡੇ ਉਦੋਂ ਵੀ ਫਿਰ ਦੁਗਾਣੇ ਸ਼ੁਰੂ ਕੀਤਾ ਜਾਂ ਤੁਸੀਂ ਇਕੱਲਿਆਂ ਨੇ? ਨਹੀਂ ਜੀ ਨਹੀਂ, ਬਿਲਕੁਲ ਮੇਰੀ ਵੀ ਜਿਹੜੀ ਸ਼ੁਰੂਆਤ ਹੋਈ ਹੈ ਜਦੋਂ ਮੈਨੂੰ ਫਿਰ ਚਸਕਾ ਲੱਗਿਆ ਕਿ ਮੈਂ ਵੀ ਹੁਣ ਰਿਕਾਰਡਿੰਗ ਕਰਾਵਾਂ, ਅਤੇ ਹੁਣ ਮੈਨੂੰ ਕੁਐਸਚਨ ਇਹ ਸੀਗਾ ਵੀ ਮੈਂ ਕੁੜੀ ਕਿੱਥੋਂ ਲੱਭਾਂ, ਕਿਉਂਕਿ ਉਸ ਵਕਤ ਤਾਂ ਸਾਨੂੰ ਕੋਈ ਸਾਈਕਲ ਨਹੀਂ ਦਿੰਦਾ ਸੀ ਕੁੜੀ, ਤਾਂ ਬਹੁਤ ਦੂਰ ਦੀ ਗੱਲ ਸੀਗੀ. ਸੋ ਬੜੀ ਮੈਂ ਮਿਹਨਤ ਕੀਤੀ, ਬਹੁਤ ਤਲਾਸ਼ ਕੀਤੀ, ਅਤੇ ਮੈਨੂੰ ਇੱਕ ਵਾਰੀ ਪਤਾ ਲੱਗਿਆ ਕਿ ਕੋਟੀ ਸਿਖਾਂ ਪਿੰਡ ਹੈ, ਉੱਥੇ ਕੋਈ ਯੋਗੀਆਂ ਦੀ ਇੱਕ ਝੁੱਗੀਆਂ ਹੈ, ਉਹਨਾਂ ਦੀ ਕੁੜੀ ਗਾਉਂਦੀ ਹੈ, ਉਹਨਾਂ ਨਾਲ ਗੱਲ ਕਰੋ ਯੋਗੀਆਂ ਦੀ, ਗੱਡੀਆਂ ਵਾਲੇ ਜਾਂ ਜਿਹੜੇ ਆ ਕਹਿ ਲਓ ਤੁਸੀਂ ਕੁੱਤੇ ਲਈ ਫਿਰਦੇ ਹੁੰਦੇ ਆ, ਸੱਪ ਸੱਪ ਸੁੱਪ ਵੀ ਮਤਲਬ ਸੱਪਾਂ ਦਾ ਵੀ ਕਰਦੇ ਆ, ਸਪੇਰੇ ਕਹਿ ਲਓ ਤੁਸੀਂ, ਸਪੇਰਾਂ ਦੀ ਕੁੜੀ ਕਹਿ ਲਓ, ਉਹ ਚਾਹੁੰਦੇ ਸੀ, ਉਹ ਸ਼ਹਿਰ ਵੀ ਚਾਹੁੰਦੇ ਸੀਗੇ, ਅਤੇ ਕੁੱਤੇ ਜਿਹੇ ਲਈ ਫਿਰਦੇ ਹੁੰਦੇ ਆ, ਗਿੱਦੜ ਗੁੱਦੜ ਦੀ ਵੀ ਮਾਰਦੇ, ਕਾਫੀ ਕੁਛ ਉਹ ਕਰਦੇ ਹੈਗੇ ਆ. ਸੋ ਮੈਂ ਕੋੜੀ ਸਿੰਘ ਚਲਾ ਗਿਆ, ਅਤੇ ਕੋੜੀ ਸਿੰਘ ਜਾ ਕੇ ਇੱਕ ਮੇਰਾ ਦੋਸਤ ਸੀਗਾ ਸੁੱਖ ਚਮਕੀਲਾ, ਚਮਕੀਲੇ ਦਾ ਸ਼ਿਰਟ ਸੀਗਾ, ਉਹਨੂੰ ਮੈਂ ਕਿਹਾ, ਉਹ ਕਹਿੰਦਾ ਮੈਂ ਤੈਨੂੰ ਲੈ ਕੇ ਜਾਂਦਾ, ਉਹਨੂੰ ਜਾਣਦੇ ਸੀਗੇ,
ਉਹਨਾਂ ਦੀ ਜਾ ਕੇ ਫਿਰ ਇੰਟਰੋਡਿਊਸ ਕਰਾਇਆ ਵੀ ਇੱਦਾਂ ਕਰਕੇ ਇਹ ਆਰਟਿਸਟ ਆ ਅਤੇ ਇਹ ਰਿਕਾਰਡਿੰਗ ਇਹਨਾਂ ਨੇ ਕਰਾਉਣੀ ਹੈ ਅਤੇ ਇਹਨਾਂ ਨੂੰ ਕੁੜੀ ਦੀ ਜ਼ਰੂਰਤ ਆ ਵੀ ਤੁਹਾਡੀ ਕੁੜੀ ਹੈਗੀ ਹੈ ਅਤੇ ਜੇ ਤੁਸੀਂ ਚਾਹੋ ਤਾਂ ਆਪਾਂ ਡਿਊਟ ਨਾਲ ਕਰਾ ਦਿੰਦੇ ਹਾਂ ਅਤੇ ਉਹ ਕਹਿੰਦੇ ਜੀ ਗਾ ਕੇ ਸੁਣਾਓ ਪਹਿਲਾਂ ਤੁਹਾਨੂੰ ਹਾਂ ਪਹਿਲਾਂ ਗਾ ਕੇ ਸੁਣਾਓ ਕਿੱਦਾਂ ਦਾ ਗਾਉਣਾ ਇੱਥੇ ਤਾਂ ਬਹੁਤ ਆਉਂਦੇ ਸਾਡੀ ਕੁੜੀ ਦੇ ਨਾਲ ਗਾਉਣ ਵਾਸਤੇ ਅਤੇ ਮੈਂ ਜਦੋਂ ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਸੁਣਾਇਆ ਮੈਂ ਰਾਗ ਸੁਣਾਇਆ ਮੈਨੂੰ ਪਤਾ ਸੀ ਵੀ ਜਦੋਂ ਤੁਸੀਂ ਪ੍ਰਭਾਵਿਤ ਕਰਨਾ ਤਾਂ ਫਿਰ ਗਾਣੇ ਨਾਲ ਨਹੀਂ ਫਿਰ ਰਾਗ ਨਾਲ ਹੀ ਕਰ ਸਕਦੇ ਹੋ ਤੁਸੀਂ ਮੈਂ ਜਦੋਂ ਸੁਣਾਇਆ ਤਾਂ ਉਹਨਾਂ ਦੇ ਡੈਡੀ ਸੀਗੇ ਲੜਕੀ ਦੇ ਉਹ ਕਹਿੰਦੇ ਵੀ ਹਾਂ ਮੁੰਡੇ ਨੂੰ ਗਾਉਣਾ ਤਾਂ ਆਉਂਦਾ ਅਤੇ ਫਿਰ ਮੈਂ ਕਿਹਾ ਹੁਣ ਕੁੜੀ ਸੁਣਾਓ ਫਿਰ ਉਹਨੇ ਜਦੋਂ ਕੁੜੀ ਸੁਣਾਈ ਕੁੜੀ ਦਾ ਨਾਮ ਸੀ ਕੁਮਾਰੀ ਨੀਲਮ ਕੁਮਾਰੀ ਨੀਲਮ ਅਤੇ ਮੈਂ ਉਹਨਾਂ ਨੂੰ ਦੱਸਿਆ ਵੀ ਇੱਦਾਂ ਰਿਕਾਰਡਿੰਗ ਕਰਨੀ ਹੈ ਦਿੱਲੀ ਜਾਣਾ ਪੈਣਾ ਫਿਊਚਰ ਹੈ ਤੁਹਾਡਾ ਵੀ ਬਣੂਗਾ ਮੇਰਾ ਵੀ ਬਣੂਗਾ ਖਰਚਾ ਤਾਂ ਮੈਂ ਹੀ ਕਰਨਾ ਅਤੇ ਜੇ ਤੁਸੀਂ ਇੰਟਰਸਟ ਹੋ ਕਹਿੰਦੇ ਠੀਕ ਹੈ ਜੀ ਘਰੋਂ ਰੈਸਲ ਫਿਰ ਅਸੀਂ ਰੈਸਲ ਕੀਤੀ ਮੈਂ ਉੱਥੇ ਹੀ ਰਿਹਾ ਗਲੋਟੀ ਪਿੰਡ ਹੈ ਘੋੜੀ ਸਿੰਘ ਥਾਂ ਦੇ ਨਾਲ ਦੋ ਤਿੰਨ ਦਿਨ ਰਿਹਾ ਤਿਆਰੀ ਕੀਤੀ ਅਤੇ ਅਸੀਂ ਦਿੱਲੀ ਚਲੇ ਗਏ ਅਤੇ ਦਿੱਲੀ ਜਾ ਕੇ ਚਰਨਜੀਤ ਹੂਜਾ ਸਾਹਿਬ ਉਸ ਵਕਤ ਨੰਬਰ ਵਨ ਹਾਂਜੀ ਮਿਊਜ਼ਿਕ ਡਾਇਰੈਕਟਰ ਸੀਗੇ ਸੋ ਉਹਨਾਂ ਨੂੰ ਜਦੋਂ ਜਾ ਕੇ ਇਸ ਗਾਣੇ ਸੁਣਾਏ ਤਾਂ ਉਹਨਾਂ ਨੇ ਚਾਰ ਹੀ ਗਾਣੇ ਪਸੰਦ ਕਰ ਲਏ ਚਾਰ ਤਿਆਰ ਕਰਕੇ ਗਏ ਸੀ ਅੱਛਾ ਚਾਰ ਹੀ ਪਸੰਦ ਕਰ ਲਏ ਓਕੇ ਅਤੇ ਉਹ ਕਹਿੰਦੇ ਰਿਕਾਰਡ ਕਰੋ ਸੋ ਪਹਿਲੀ ਰਿਕਾਰਡਿੰਗ ਜਦੋਂ ਮੈਂ ਮਾਈਕਰੋਫੋਨ ਦੇ ਅੱਗੇ ਖੜ ਕੇ ਕੀਤੀ ਹੈ ਤਾਂ ਉਹ ਮੈਂ ਚਰਨਜੀਤ ਹੂਜਾ ਸਾਹਿਬ ਦੀ ਮਿਊਜ਼ਿਕ ਦੇ ਵਿੱਚ ਕੀਤੀ ਹੈ ਔਰ ਮੇਰੀ ਲੱਕ ਮੇਰਾ ਇੱਦਾਂ ਵਧੀਆ ਰਿਹਾ ਸ਼ੁਰੂ ਤੋਂ ਕਿ ਉਹ ਚਾਰ ਗਾਣੇ ਮੇਰੇ ਰਿਕਾਰਡ ਹੋਏ ਚਾਰੇ ਗਾਣਿਆਂ ਦੇ ਟਾਈਟਲ ਮੇਰੇ ਸੀਗੇ ਅਤੇ ਚਾਰਾਂ ਦਾ ਪਹਿਲਾ ਗੀਤ ਮੇਰਾ ਸੀਗਾ ਬਾਕੀ ਦੇ ਬਾਅਦ ਵਿੱਚ ਸਰਦੂਲ ਸਿਕੰਦਰ ਸੁਰਿੰਦਰ ਸੋਨੀਆ ਪਰਮਜੀਤ ਸਲਾਰੀਆ ਹੋਰ ਬੜੇ ਵੱਡੇ ਵੱਡੇ ਜਿਹੜੇ ਉਸ ਵਕਤ ਦੇ ਕਲਾਕਾਰ ਸੀਗੇ ਉਹ ਨਾਲ ਸੀਗੇ ਲੇਕਿਨ ਫਸਟ ਟਰੈਕ ਮੇਰਾ ਹੀ ਸੀਗਾ ਅੱਛਾ ਉਹ ਮਤਲਬ ਕਾਫੀ ਕਲਾਕਾਰਾਂ ਅਲੱਗ ਅਲੱਗ ਟੇਪਾਂ ਜੀ ਓਕੇ ਵੀਰੇ ਜਿਹੜੇ ਸਿੰਗਰ ਸੀਗੇ ਜਿਹੜੇ ਅੱਠ ਅੱਠ ਦਸ ਦਸ ਸਿੰਗਰ ਸੀਗੇ ਪਰ ਪਹਿਲਾ ਗਾਣਾ ਅਤੇ ਪਹਿਲਾ ਟਰੈਕ ਵੀ ਟਾਈਟਲ ਮੈਨੂੰ ਯਾਦ ਇੱਕ ਤਾਂ ਸੀ ਲੇਹ ਲੈਣ ਮਿੱਤਰਾਂ ਦੀ ਅਤੇ ਇੱਕ ਹੋਊਗਾ ਹੈਗਾ ਸੀਗਾ ਸਲਾਜੀਤ ਨਿਤ ਖਾਵੇ ਜੇਠ ਪੁਰਾਣ ਜੇਠ ਪੁਰਾਣਾ ਪਾਪੀ ਨੀ ਹੈ ਨਾ ਇੱਦਾਂ ਕਰਕੇ ਮਤਲਬ ਚਾਰ ਟਰੈਕ ਆਏ ਅਤੇ ਚਾਰਾਂ ਦੇ ਮਤਲਬ ਕਰਫਿਊ ਕਰਫਿਊ ਆਰਡਰ ਲੱਗਾ ਫੌਜੀ ਲੰਘਣ ਨਹੀਂ ਦਿੰਦੇ ਉਸ ਵਕਤ ਜਦੋਂ ਕਰਫਿਊ ਆਰਡਰ ਲੱਗਾ ਸੀਗਾ ਉੱਦਾਂ ਦਾ ਸੀਗਾ ਸੋ ਉਹ ਮੇਰੇ ਪਹਿਲੇ ਸੀਗੇ ਪਰ ਉਹਨਾਂ ਨਾਲ ਮੈਨੂੰ ਇਹ ਹੋ ਗਿਆ ਐਕਸਪੀਰੀਅੰਸ ਹੋ ਗਿਆ ਕਿ ਹਾਂ ਮੈਂ ਕਿਉਂਕਿ ਉਸ ਵਕਤ ਬੜੀ ਵੱਡੀ ਗੱਲ ਸੀ ਰਿਕਾਰਡਿੰਗ ਹੋ ਜਾਣੀ ਤੁਹਾਡੀ ਉਹ ਵੀ ਚਰਨਜੀਤ ਹੂਜਾ ਸਾਹਿਬ ਦੀ ਮਿਊਜ਼ਿਕ ਬਿਲਕੁਲ ਪੈਸੇ ਨਾਲ ਨਹੀਂ ਹੁੰਦੀ ਸੀ ਉਸ ਵਕਤ ਪੈਸੇ ਨਾਲ ਕੋਈ ਨਹੀਂ ਗਾ ਸਕਦਾ ਸੀਗਾ ਟੇਲੈਂਟ ਦਿਖਾਓ ਦਾਦਾ ਜੀ ਹੁੰਦੇ ਸੀ ਐਚ ਐਮ ਵੀ ਦੇ ਵਿੱਚ ਉਹ ਦੇਖ ਕੇ ਹੀ ਬੰਦਾ ਡਰ ਜਾਂਦਾ ਸੀ ਉਹਨਾਂ ਨੂੰ ਨਾ ਹੀ ਉਹਨਾਂ ਦਾ ਇੰਨਾ ਸੀ ਦਾਦਾ ਜੀ ਨੇ ਐਡੀਸ਼ਨ ਲੈਣੀ ਹੈ ਸੋ ਹੂਜਾ ਸਾਹਿਬ ਤੋਂ ਬਾਅਦ ਦੀ ਗੱਲ ਹੂਜਾ ਸਾਹਿਬ ਦੇ ਕੋਲ ਵੀ ਹਰ ਬੰਦਾ ਨਹੀਂ ਗਾ ਸਕਦਾ ਮੂਤ ਨਿਕਲ ਜਾਂਦਾ ਸੀ ਕਲਾਕਾਰਾਂ ਦਾ ਗਾਉਂਦਿਆਂ ਦਾ ਇੱਕ ਦਾ ਨਹੀਂ ਪਤਾ ਨਹੀਂ ਕਿੰਨਿਆਂ ਦਾ ਗਾ ਰਹੇ ਆ ਫੱਟੀ ਮਾਰਦੇ ਚੁੱਕੇ ਵਾਜੇ ਵਾਲੇ ਹੱਥ ਦੇ ਉੱਤੇ ਅੱਛਾ ਬੜੇ ਸਟ੍ਰਿਕਟ ਹੁੰਦੇ ਸੀ ਹੂਜਾ ਸਾਹਿਬ ਮਤਲਬ ਵੱਡੇ ਵੱਡੇ ਕਲਾਕਾਰ ਉਹਨਾਂ ਦੇ ਅੱਗੇ ਆ ਕੇ ਪਿੱਕੇ ਪੈ ਜਾਂਦੇ 100% ਜਿਹੜਾ ਗਾਇਕ ਜਾਂਦਾ ਸੀ ਨਾ ਉਹ 10% ਗਾਉਂਦਾ ਸੀ ਉੱਥੇ ਜਾ ਕੇ ਔਰ ਇਹ ਵੀ ਮੈਂ ਤੁਹਾਨੂੰ ਇੱਕ ਦੱਸਦਾ ਵੀ ਇੱਕ ਗੀਤ ਸੀਗਾ ਦੂਰਦਰਸ਼ਨ ਦੇ ਉੱਤੇ ਇੱਕ ਟਾਈਟਲ ਆਉਣਾ ਸੀਗਾ ਨਖਰਾ 96 ਬੜਾ ਵੱਡਾ ਟਰੈਕ ਸੀਗਾ ਅਤੇ ਮੇਰੀ ਤਮੰਨਾ ਸੀ ਵੀ ਮੈਂ ਵੀ ਕਿਤੇ ਦੂਰਦਰਸ਼ਨ ਦੇ ਪ੍ਰੋਗਰਾਮ ਨਵੇਂ ਸਾਲ ਦੇ 'ਚ ਗਾਵਾਂ ਅਤੇ ਮੇਰੀ ਕਦੇ ਤਮੰਨਾ ਪੂਰੀ ਹੋਈ ਨਹੀਂ ਪਰ ਇੱਕ ਵਾਰੀ ਮੈਨੂੰ ਫੋਨ ਆਇਆ ਕਹਿੰਦੇ ਜੀ ਇੱਕ ਗਾਣਾ ਤੁਹਾਡੇ ਤੋਂ ਗਾਉਣਾ ਤੁਸੀਂ ਆ ਜਾਓ ਮੈਂ ਜਦੋਂ ਉੱਥੇ ਗਿਆ ਦੂਰਦਰਸ਼ਨ 'ਤੇ ਅਤੇ ਉਹ ਕਹਿੰਦੇ ਦਿੱਲੀ ਜਾਣਾ ਦਿੱਲੀ ਜਾ ਕੇ ਗਾਣਾ ਡੱਬ ਕਰਨਾ ਮੈਂ ਕਿਹਾ ਕਿੰਨਾ ਦੇ ਕੋਲ ਕਰਨਾ ਕਹਿੰਦੇ ਜੀ ਚਰਨਜੀਤ ਹੂਜਾ ਸਾਹਿਬ ਹੈ ਪਰ ਇੱਕ ਬੰਦੇ ਨੇ ਮੈਨੂੰ ਦੱਸਤਾ ਵੀ ਯਾਰ ਦੇਖ ਲਾ ਵੀ ਜਾਣਾ ਤਾਂ ਤੇਰੀ ਮਰਜ਼ੀ ਨਹੀਂ ਜਾਣਾ ਤਾਂ ਨਾ ਜਾ ਵੀ ਇਸ ਗਾਣੇ ਨੂੰ ਪੰਜਾਬ ਦੇ 3 ਕਲਾਕਾਰ ਗਾ ਚੁੱਕੇ ਆ ਪਹਿਲਾਂ ਅਤੇ ਉਹ ਤਿੰਨਾਂ ਦਾ ਰਿਜੈਕਟ ਕਰਤਾ ਉਹਨਾਂ ਨੇ ਹੂਜਾ ਸਾਹਿਬ ਅੱਛਾ ਅਤੇ ਜਦੋਂ ਮੈਂ ਕਿਹਾ ਕਲਾਕਾਰਾਂ ਦੇ ਨਾਮ ਦੱਸੋ ਉਹਨਾਂ ਨੇ ਮੈਨੂੰ 2 ਕਲਾਕਾਰਾਂ ਦੇ ਨਾਮ ਦੱਸਤੇ ਫਿਰ ਮੈਂ ਵੀ ਘਬਰਾਉਣ ਲੱਗ ਪਿਆ ਵੀ ਜੇ ਇਸ ਕਲਾਕਾਰ ਤੋਂ ਗਾਣਾ ਨਹੀਂ ਗਾਇਆ ਗਿਆ ਇਸ ਕਲਾਕਾਰ ਤੋਂ ਗਾਣਾ ਨਹੀਂ ਗਾਇਆ ਗਿਆ ਫਿਰ ਮੈਥੋਂ ਵੀ ਹੋ ਸਕਦਾ ਨਾ ਗਾਇਆ ਜਾਵੇ ਹੈ ਨਾ ਪਰ ਮੈਂ ਚੈਲੰਜ ਪਹਿਲੇ ਦਿਨ ਤੋਂ ਕਬੂਲਦਾ ਮੈਂ ਕਿਹਾ ਯਾਰ ਨਾ ਗਾਇਆ ਜਾਊਗਾ ਤਾਂ ਉਹ ਕਿਹੜਾ ਮਰ ਗਏ ਉਹ ਵੀ ਤਾਂ ਇੱਥੇ ਤੁਰੇ ਫਿਰਦੇ ਆ ਮੈਂ ਵੀ ਅਸੀਂ ਤੁਰਿਆ ਫਿਰੂੰਗਾ ਤੀਜਾ ਚੌਥਾ ਮੇਰਾ ਬਣ ਜਾਊ ਨਾ ਮੈਂ ਕਿਹਾ ਮੈਂ ਜਾਊਂਗਾ ਜੀ ਮੈਂ ਗਿਆ ਜਾ ਕੇ ਪੂਜਾ ਸਾਹਿਬ ਨੂੰ ਮਿਲਿਆ ਪੈਰੀਂ ਹੱਥ ਲਾਏ ਅਤੇ ਮੈਨੂੰ ਕਹਿਣ ਲੱਗੇ ਵੀ ਇਹ ਗਾਣਾ
ਸੁਣ ਲਾ, ਉਹਨਾਂ ਨੇ ਮੈਨੂੰ ਦੋ ਤਿੰਨ ਵਾਰੀ ਗਾਣਾ ਸੁਣਾਇਆ। ਉਹਦੇ 'ਚ ਇੱਕ ਟੈਕਨੀਕ ਸੀ ਕਿ ਇੱਕ ਅਲਾਪ ਸੀਗਾ, ਤੁਸੀਂ ਸੁਣ ਸਕਦੇ ਹੋ ਨਖਰਾ 96 ਦੇ ਵਿੱਚ, ਸ਼ੁਰੂ ਦੇ ਵਿੱਚ ਇੱਕ ਸ਼ੇਅਰ ਆ ਉਹਦੇ 'ਚ, ਉਹ ਸ਼ੇਅਰ ਜਿਹੜਾ ਉਹਨਾਂ ਨੇ ਰਿਕਾਰਡ ਕੀਤਾ ਉਹ ਮਾਤਰਾ ਗਿਣ ਕੇ ਹੈ, 1 2 3 4 5 6 1 2 3 4 5 6 5 6 1 2, ਮਾਤਰਾ ਗਿਣ ਕੇ ਗਾਇਆ ਜਾਣਾ, ਵੈਸੇ ਨਹੀਂ ਗਾ ਸਕਦੇ ਤੁਸੀਂ। ਅੱਛਾ, ਹਾਂ ਉਹ ਮੀਟਰ ਦੇ ਵਿੱਚ ਹੈ, ਜਦ ਵੱਧ ਜੂਗਾ ਚਾਹੇ ਘੱਟ ਜੂਗਾ, ਔਰ ਲਾਈਵ ਟਰੈਕ ਰਿਕਾਰਡ ਕੀਤਾ ਇਸ ਕਰਕੇ ਤੁਹਾਨੂੰ ਗਾਉਣਾ ਹੀ ਪੈਣਾ। ਬਸ ਮੈਂ ਜਦੋਂ ਸੁਣਿਆ ਮੈਂ ਇਹੀ ਮੇਰੇ ਦਿਮਾਗ 'ਚ ਗੱਲ ਆਈ, ਮੈਂ ਇਹੀ ਸੁਣਦਾ ਵੀ ਇੱਥੋਂ ਹੀ ਫਸਣਾ, ਇਹ ਮੈਂ ਪਹਿਲਾਂ ਤਿਆਰੀ ਕਰ ਲਈ। ਮੈਂ ਕਿਹਾ ਜੀ ਗਾਓ, ਮੈਂ ਜਦੋਂ ਗਿਆ ਮੈਂ ਗਾ ਦਿੱਤਾ, ਮੈਂ ਪਹਿਲੀ ਵਾਰੀ ਗਾ ਦਿੱਤਾ, ਕਿਉਂਕਿ ਮੇਰੇ ਦਿਮਾਗ 'ਚ ਉਹ ਚੀਜ਼ ਆ ਗਈ ਸੀਗੀ ਕਿ ਇਹ ਮਾਤਰਾ ਗਿਣੀਆਂ ਵੀ ਹੈ, ਮੈਂ ਕਿੱਥੋਂ ਸ਼ੇਅਰ ਸ਼ੁਰੂ ਕਰਨਾ, ਕਿੱਥੇ ਗੱਲ ਕਰਨਾ, ਅੱਗੇ ਤਾਂ ਗਾਣਾ ਨੋਰਮਲੀ ਬੋਲੀਆਂ ਹੀ ਹੈ, ਪੀਤਾ ਨੀ ਪੀਤਾ ਸੋਣੀਏ ਪੀਤਾ ਨੀ ਪੀਤਾ ਬੜਾ ਹਿੱਟ ਗਾਣਾ ਹੋਇਆ ਸੀਗਾ। ਸੋ ਉਹ ਮੈਂ ਗਾਣਾ ਗਾਇਆ ਜੀ, ਔਰ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਕਿ ਯਾਰ ਇਹ ਬੰਦਾ ਮਤਲਬ ਚੈਲੰਜ ਕਬੂਲਦਾ ਹੈ। ਉਦੋਂ ਤੋਂ ਫਿਰ ਮੈਂ 96 ਚ ਪ੍ਰੋਗਰਾਮ ਆਇਆ ਸੀ ਦੂਰਦਰਸ਼ਨ ਤੇ, ਸੋ ਉਦੋਂ ਤੋਂ ਫਿਰ ਆਦਤ ਪੈ ਗਈ ਕਿ ਕੋਨਫੀਡੈਂਸ ਬਣਦਾ ਵੀ ਦੁਨੀਆ 'ਚ ਜਿਹੜਾ ਕੰਮ ਨਹੀਂ ਕਰ ਹੋ ਸਕਦਾ ਕੋਸ਼ਿਸ਼ ਕਰਾਂ ਮੈਂ ਕਰੂੰਗਾ, ਤੇ ਪ੍ਰਮਾਤਮਾ ਨੇ ਸਫਲ ਵੀ ਕੀਤਾ। ਹਰਕੇ ਜੀ, ਨਵੇਂ ਸਾਲ ਦੇ ਪ੍ਰੋਗਰਾਮ ਮੇਰੇ ਖਿਆਲ ਨਾਲ ਬੇਅੰਤ ਗਾਣੇ ਲਸ਼ਕਾਰਾ ਦੇ ਉੱਤੇ, ਨਵੇਂ ਸਾਲ ਦੇ ਵਿਸਾਖੀ ਦੇ ਪ੍ਰੋਗਰਾਮ, ਤੇ ਸਾਡੇ ਫਰੈਂਡ ਅਰੋੜਾ ਸਾਹਿਬ ਹੁੰਦੇ ਆ, ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਦੇ ਕਈ ਪ੍ਰੋਗਰਾਮ ਅਸੀਂ ਬਣਾਏ ਆਪਣੇ ਸਾਡੇ ਹੱਥੋਂ ਬਣੇ ਹੈਗੇ ਆ, ਤੇ ਭਾਜੀ ਨੇ ਉਹਦੇ ਵਿੱਚ ਵੀ ਮੇਰੇ ਖਿਆਲ 99 ਦੇ ਵਿੱਚ 90 ਕੋਈ ਵੀ ਇਹਦਾ ਪ੍ਰੋਗਰਾਮ ਨਹੀਂ ਪਰਫੋਰਮ ਕੀਤਾ, ਤੇ ਜਸ਼ਨ ਪ੍ਰੋਗਰਾਮ ਵੀ ਹੁੰਦਾ ਸੀਗਾ ਤਦ ਉਹਦੀ ਸ਼ੁਰੂਆਤ ਕੀਤੀ ਗਈ ਸੀਗੀ ਕਰਕੇ, ਤੇ ਬਹੁਤ ਸੀ ਨਵੇਂ ਸਾਲ ਦੇ ਲਸ਼ਕਾਰਾ ਦੂਰਦਰਸ਼ਨ ਹਰ ਜਗ੍ਹਾ ਦੇ ਉੱਤੇ। ਉਸ ਟਾਈਮ ਹੁੰਦਾ ਦੂਰਦਰਸ਼ਨ ਸੀਗਾ, ਬਾਅਦ ਚੋਂ ਆਈ ITC ਪੰਜਾਬੀ ਬੱਲੇ ਬੱਲੇ, ਬਾਅਦ ਚੋਂ ਚੈਨਲ ਸ਼ੁਰੂ ਹੋਇਆ ਸਾਰੇ। ਇਹ 2001 ਦੇ ਵਿੱਚ ਪਹਿਲਾ ਚੈਨਲ ਆਇਆ ਜਿਹਦਾ ਨਾਮ ਸੀ ਲਸ਼ਕਾਰਾ। ਮੈਂ ਜਦੋਂ 2000 ਦੇ ਵਿੱਚ ਬੰਬੇ ਸੀਗਾ ਉਦੋਂ ਉੱਥੇ ਹੋਰਡਿੰਗ ਲੱਗੇ ਹੋਏ ਸੀ ਲਸ਼ਕਾਰਾ ਦੇ, ਹਜੇ ਸਟਾਰਟ ਨਹੀਂ ਹੋਇਆ ਸੀਗਾ। ਜਨਰਲ ਮਸੂਤਾ ਜੀ ਨੇ ਪਹਿਲਾ ਚੈਨਲ ਸਟਾਰਟ ਕੀਤਾ, ਉਸ ਤੋਂ ਬਾਅਦ ਦੂਰਦਰਸ਼ਨ ਤਾਂ ਚੱਲ ਹੀ ਰਿਹਾ ਸੀ। ਦੂਰਦਰਸ਼ਨ ਸ਼ੁਰੂਆਤ ਹੋਈ ਹੈ ਜਲੰਧਰ ਦੂਰਦਰਸ਼ਨ ਦੀ, ਇਹ ਸ਼ਾਇਦ ਮੈਨੂੰ ਲੱਗਦਾ 80 ਦੇ ਨਜ਼ਦੀਕ ਦੀ ਹੋਈ ਹੈ, 80-82 ਦੇ ਨਜ਼ਦੀਕ ਹੋਈ ਉਹਨੇ, ਬਠਿੰਡੇ ਵਿੱਚ ਹੀ ਹੋਈ ਸੀਗੀ, ਤੇ ਪਰ ਦਿੱਲੀ ਦੇ ਵਿੱਚ ਪਹਿਲਾਂ ਚੱਲ ਰਿਹਾ ਸੀਗਾ, ਸ਼ਿਮਲਾ ਪਹਿਲਾਂ ਚੱਲ ਰਿਹਾ ਸੀਗਾ, ਹੋਰ ਕਾਫੀ ਜਗ੍ਹਾ ਤੇ ਜਿਹੜਾ ਪਹਿਲਾਂ ਚੱਲ ਰਿਹਾ ਸੀਗਾ। ਪਰ ਇਹ ਜਿਹੜੇ ਬਾਕੀ ਦੇ ਚੈਨਲ ਆਏ ਆ ਜਿਹੜੇ ਬਾਅਦ 'ਚ ETC ਹੋਇਆ, PTC ਹੋਇਆ, ZTV ਹੋਇਆ, ਜਾਂ ਬੱਲੇ 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 ਬੜੇ ਚੈਨਲ ਆਏ, ਬੜੇ ਆਏ ਤੇ ਗਏ, ਆਏ ਤੇ ਗਏ, ਲੇਕਿਨ ਦੂਰਦਰਸ਼ਨ ਅੱਜ ਵੀ ਟਿਕਿਆ। ਅੱਜ ਵੀ ਦੂਰਦਰਸ਼ਨ, ਹੁਣ ਤਾਂ ਥੋੜੇ ਜਿਹੇ ਬਦਨੀਤ ਹੋ ਗਏ ਦੂਰਦਰਸ਼ਨ ਵਾਲੇ, ਮਤਲਬ ਗੌਰਮੈਂਟ ਨੇ ਹੱਥ ਚੱਕ ਲਿਆ ਉਹਨਾਂ ਨੂੰ ਬਜਟ ਦੇਣਾ, ਬਜਟ ਘੱਟ ਹੈ ਨਾ, ਪ੍ਰੋਡਿਊਸਰ ਰਿਟਾਇਰਮੈਂਟ ਤੇ ਆ ਗਏ, ਪਰ ਅੱਜ ਵੀ ਜਿਹੜੇ ਦੁਨੀਆ ਪੰਜਾਬ ਦੇ ਲੋਕ ਜਿਹੜੇ ਨਾ ਰੂਰਲ ਲੋਕ ਜਿਹੜੇ ਆ ਉਹ ਅੱਜ ਵੀ ਪ੍ਰੋਗਰਾਮ ਉਹਨਾਂ ਦਾ ਦੇਖਦੇ ਆ, ਵਿਊਰਸ਼ਿਪ ਅੱਜ ਵੀ ਸਭ ਤੋਂ ਜ਼ਿਆਦਾ ਦੂਰਦਰਸ਼ਨ ਦੀ। ਅੱਛਾ, ਕਿਉਂਕਿ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਦੇਖਿਆ ਜਾਂਦਾ ਅੱਜ ਵੀ ਪ੍ਰੋਗਰਾਮ ਜਿਹੜੇ ਆ ਚੱਲ ਰਹੇ ਨੇ, ਕਈ 20-20 ਸਾਲ ਤੋਂ ਪ੍ਰੋਗਰਾਮ ਚੱਲਦੇ, ਲੋਕਾਂ ਨੂੰ ਪਤਾ ਹੈ 8 ਵਜੇ ਆਉਣਾ ਤਾਂ ਲੋਕ ਬੈਠੇ ਆ, 8 ਵਜੇ ਦੀ ਪ੍ਰੋਗਰਾਮ ਆਪਾਂ ਦੇਖਣ। ਨਹੀਂ ਅਸੀਂ ਉਹਨਾਂ 'ਚ ਹੀ ਹਾਂ, ਜ਼ਿਆਦਾ ਰੇਡੀਓ ਹੁੰਦਾ ਸੀ ਜਾਂ TV ਇਕੱਲਾ ਹੋਈ, ਉਹ ਵੀਰਵਾਰ ਨੂੰ ਤੇ ਐਤਵਾਰ ਨੂੰ ਫਿਲਮ ਆਉਣੀ, ਅੱਧੀ ਕੁ ਖ਼ਬਰਾਂ ਤੋਂ ਪਹਿਲਾਂ ਅੱਧੀ ਕੁ ਬਾਅਦ 'ਚ, ਹੈ ਨਾ, ਉਹੀ ਉਹ ਦੌੜ ਲੱਗੀ ਹੁੰਦੀ ਖੇਤਾਂ 'ਚ ਭੱਜਣਾ ਵੀ 5 ਵਜੇ ਚੱਲੀਏ ਘਰ ਨੂੰ, ਤੇ ਕਿਉਂਕਿ ਯਾਦ ਹੋਣਾ ਆ ਜਦੋਂ ਰਮਾਇਣ ਮਹਾਂਭਾਰਤ ਚੱਲਦੀ ਸੀਗੀ ਐਤਵਾਰ ਨੂੰ, ਉਸ ਟਾਈਮ ਦੇ ਉੱਤੇ ਉਹ 9 ਤੋਂ 10 ਦੇ ਟਾਈਮ ਦੇ ਵਿੱਚ ਸਾਰਾ ਕੁਛ ਬੰਦ ਹੋ ਜਾਂਦਾ ਸੀ, ਬਿਲਕੁਲ 7 ਵਜੇ ਆ ਕੇ 8:30 ਤੱਕ ਉਹਨੇ ਵੱਢਣੀ,
ਸਾਢੇ 8 ਵਜੇ ਘਰ ਨੂੰ ਆ ਜਾਣਾ ਵੀ ਆ ਕੇ 9 ਤੋਂ 10 ਦੇਖ ਕੇ ਐਤਵਾਰ ਨੂੰ 10 ਵਜੇ ਤੋਂ ਫਿਰ ਜਾਣਾ ਦਿਹਾੜੀਦਾਰ ਵੀ ਇੱਦਾਂ ਹੀ ਉਹਨਾਂ ਨੇ ਪੱਕਾ ਰੱਖਿਆ ਸੀ ਬੜੀ ਕਰੇਜ਼ ਸੀ ਬਹੁਤ ਬਹੁਤ ਕਰੇਜ਼ ਸੀ ਤੁਸੀਂ ਕਿੱਦਾਂ 4-5 ਡੇਕੇਡਸ ਹੋ ਗਏ ਆ ਹਨਾ ਕਿੱਦਾਂ ਭਾਜੀ ਨੇ ਦੱਸਿਆ ਕਿ ਬਲੈਕ ਐਂਡ ਵਾਈਟ ਟੀਵੀ ਤੋਂ ਲੈ ਕੇ ਕਲਰ ਟੀਵੀ ਤੱਕ ਉਸ ਤੋਂ ਬਾਅਦ ਅਗਲੀ ਟੈਕਨੋਲੋਜੀ ਕਿਹੜੀ ਆ ਗਈ ਹੈ ਤੇ ਹੁਣ ਦੀ ਕਿਹੜੀ ਟੈਕਨੋਲੋਜੀ ਹੁਣ ਪੂਰੀ ਦੁਨੀਆਂ ਦੇ ਵਿੱਚ ਯੂਟਿਊਬ ਰਾਹੀਂ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆਂ ਦੇ ਵਿੱਚ ਜੁੜੇ ਹੋਏ ਹੋ ਤੁਸੀਂ ਕਰਕੇ ਕੀ ਕਿਹੜਾ ਇਹ ਸਫ਼ਰ ਹੈ ਕਿਉਂਕਿ ਹੁਣ ਸਿੰਗਰਸ ਕਿਹੜੇ ਹੈਗੇ ਆ ਉਹਨਾਂ ਦਾ ਵੀ ਬਹੁਤ ਕਿੱਦਾਂ ਤੁਸੀਂ ਦੱਸਿਆ ਕਿ ਸ਼ਾਰਟ ਟਰਮ ਹੋ ਗਿਆ ਹੈ ਆਉਂਦੇ ਆ ਇੱਕ ਦੋ ਗਾਣੇ ਵਾਸਤੇ ਵੀ ਆਉਂਦੇ ਆ ਲੰਬਾ ਕਿੰਨਾ ਕੁ ਚੱਲ ਪਾਉਂਦੇ ਆ ਤੇ ਕੀ ਤੁਹਾਡੇ ਹਿਸਾਬ ਨਾਲ ਕੀ ਚੇਂਜ ਹੋਇਆ ਕੀ ਕੁਆਲਿਟੀ ਦੇ ਵਿੱਚ ਤੇ ਕਿਸ ਤਰੀਕੇ ਦੇ ਨਾਲ ਅੱਜ ਦੇ ਸਿੰਗਰ ਦਾ ਫਰਕ ਹੈ ਦੇਖੋ ਪਹਿਲੀ ਗੱਲ ਤਾਂ ਇਹ ਕਿ ਜਿਸ ਤਰ੍ਹਾਂ ਦੱਸਿਆ ਨਾ ਕਿ ਮਿਊਜ਼ਿਕ ਜਿਹੜਾ ਮਿਊਜ਼ਿਕ ਨਹੀਂ ਰਿਹਾ ਇਹ ਹੁਣ ਬਹੁਤ ਜ਼ਿਆਦਾ ਕਮਰਸ਼ੀਅਲ ਚੀਜ਼ ਪ੍ਰੋਡਕਟ ਬਣ ਗਿਆ ਮਿਊਜ਼ਿਕ ਬੇਸਿਕਲ ਨਾ ਤੁਸੀਂ ਹੈਰਾਨ ਹੋਵੋਗੇ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਕੰਪਨੀ ਸੀ ਵਰਲਡ ਵਿੱਚ ਵੀ ਕਹਿ ਸਕਦੇ ਆ ਪਹਿਲ ਮਾਸਟਰ ਵਾਇਸ HMV ਔਰ ਹਿੰਦੁਸਤਾਨ ਦੇ ਵਿੱਚ ਜਿੰਨਾ ਮਿਊਜ਼ਿਕ ਉਹਨਾਂ ਨੇ ਰਿਕਾਰਡ ਕੀਤਾ ਜਿੰਨਾ ਪੈਸਾ ਉਹਨਾਂ ਨੇ ਪੰਜਾਬੀ ਮਿਊਜ਼ਿਕ 'ਤੇ ਜਾਂ ਰੀਜਨਲ ਭਾਸ਼ਾ ਜਿੰਨੀਆਂ ਵੀ ਉਹਨਾਂ 'ਤੇ ਉਹਨਾਂ ਨੇ ਵਰਕ ਕੀਤਾ ਇਹਨਾਂ ਕੁੱਲ ਮਿਲਾ ਕੇ ਸਾਰੀਆਂ ਕੰਪਨੀਆਂ ਲੈ ਲਈਏ ਉਹਨਾਂ ਨੇ ਕੀਤਾ ਹੋਊਗਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਉਹ ਕੰਪਨੀ ਕਿੱਥੇ ਹੈ ਨਾ ਮੈਗਨਾ ਸਾਊਂਡ ਕਰਸੈਂਡੋ ਵੀਨਸ ਬਲਾ 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 ਪਤਾ ਨਹੀਂ ਸੈਂਕੜੇ ਕੰਪਨੀਆਂ ਸੀ ਜਿਹਨਾਂ ਦਾ ਇੰਨਾ ਡਾਟਾ ਸੀਗਾ ਇੰਨਾ ਉਹਨਾਂ ਨੇ ਕੰਮ ਕੀਤਾ ਅਮਰੀਕੋ ਹੈ ਨਾ ਅਤੇ ਉਹ ਸਾਰੀਆਂ ਖਤਮ ਹੋ ਗਈਆਂ ਕਿਉਂ ਉਹ ਸਾਰੀਆਂ ਜਿਹੜੀਆਂ ਕੰਪਨੀਆਂ ਸੀ ਨਾ ਉਹ ਮਿਊਜ਼ਿਕ ਮੈਨ ਸੀਗੇ ਬੰਦੇ ਮਿਊਜ਼ਿਕ ਮਾਈਂਡ ਬੰਦੇ ਸੀਗੇ ਮਿਊਜ਼ਿਕ ਨਾਲ ਰਿਲੇਟਡ ਬੰਦੇ ਸੀਗੇ ਉਹ ਮਿਊਜ਼ਿਕ ਰਿਕਾਰਡ ਕਰਦੇ ਸੀਗੇ ਕਿ ਇਹ ਅਸੀਂ ਪੰਜਾਬੀ ਕਰਨਾ ਇਹ ਹਿਮਾਚਲੀ ਕਰਨਾ ਗੁਜਰਾਤੀ ਕਰਨਾ ਉਹਨਾਂ ਨੂੰ ਨੌਲੇਜ ਵੀ ਹੁੰਦਾ ਸੀ ਬੰਦੇ ਰੱਖਦੇ ਸੀਗੇ ਪੰਜਾਬ ਦਾ ਬੰਦਾ ਪੰਜਾਬੀ ਕਰੂਗਾ ਹਰਕੀਰ ਜੀ ਜਦੋਂ ਹਰਿਮੰਦਰ ਸਾਹਿਬ 'ਤੇ ਅਟੈਕ ਹੁੰਦਾ 1984 ਦੇ ਵਿੱਚ ਮੈਨੂੰ ਧੁੰਦਲਾ ਯਾਦ ਹੈ ਕਿ ਅਸੀਂ ਡੱਬਵਾਲੀ ਦੇ ਕੋਲ ਇੱਕ ਨਗਰ ਕੀਰਤਨ ਹੋਇਆ ਸੀਗਾ ਸੰਤਾ ਸਿੰਘ ਸੇਵ ਘੋੜੇ ਨਾਲ ਜੋਗਿੰਦਰ ਸਿੰਘ ਸ਼ੇਰਪੁਰੀ ਨਾਲ ਮੈਂ ਉੱਥੇ ਗਿਆ ਸੀਗਾ ਅਤੇ ਜਦੋਂ ਅਟੈਕ ਹੋ ਗਿਆ ਤਾਂ ਉਦੋਂ ਸਮਝ ਲਓ ਪੰਜਾਬ ਜਿਹੜਾ ਸਾਰਾ ਬਿਲਕੁਲ ਚੁੱਪ ਹੋ ਗਿਆ ਸੀਗਾ ਅੱਛਾ ਜੀ ਗੱਲ ਕਰ ਰਹੇ ਹਾਂ ਮਤਲਬ 3-4 ਜੂਨ 1984 84 ਦੀ ਗੱਲ ਹੈ ਜਿਸ ਦਿਨ ਅਟੈਕ ਹੁੰਦਾ ਅਸੀਂ ਇੱਕ ਦਿਨ ਵੇਟ ਕੀਤੀ ਬੱਸਾਂ ਵੀ ਬੰਦ ਹਰ ਚੀਜ਼ ਬੰਦ ਜਿੱਥੇ ਜਾ ਕੇ ਮਿਲਟਰੀ ਹੀ ਮਿਲਟਰੀ ਸੀ ਬੰਦਾ ਨਜ਼ਰ ਨਹੀਂ ਆ ਸਕਦਾ ਸੀਗਾ ਹਾਂ ਮਤਲਬ ਪੱਗ ਨਜ਼ਰ ਨਹੀਂ ਆ ਸਕਦੀ ਸੀਗੀ ਇਹ ਹਾਲਾਤ ਸੀਗਾ ਜੇ ਪੱਗ ਵਾਲਾ ਦੇਖ ਲਓ ਤਾਂ ਸਮਝ ਲਓ ਗੋਲੀ ਵੱਜਣੀ ਆ ਤੁਹਾਡੇ ਹਾਂ ਮਿਲਟਰੀ ਇਹ ਹੁੰਦਾ ਸੀ ਵੀ ਇਹ ਸਮਝ ਲਓ ਖਾੜਕੂ ਹੀ ਹੈ ਉਸ ਵਕਤ ਦੇ ਹਾਲਾਤ ਮੈਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਮੈਂ ਸਾਰੇ ਹੰਡਾਏ ਆਪਣੇ ਆਪ 'ਤੇ ਅਤੇ ਅਸੀਂ ਇੱਕ ਦਿਨ ਵੇਟ ਕੀਤੀ ਦੋ ਦਿਨ ਵੇਟ ਕੀਤੀ ਅਤੇ ਤੀਜੇ ਦਿਨ ਸਾਰੇ ਕਹਿਣ ਲੱਗ ਪਏ ਵੀ ਪਤਾ ਨਹੀਂ ਗਾਂਹ ਕੀ ਹੋਊਗਾ ਕਿਉਂਕਿ ਉਸ ਵਕਤ ਸਿਰਫ ਰੇਡੀਓ 'ਤੇ ਨਿਊਜ਼ ਆਉਂਦੀ ਸੀਗੀ ਕਿ ਆਹ ਕੁਛ ਹੋ ਗਿਆ ਆਹ ਕੁਛ ਹੋ ਗਿਆ ਜਾਂ ਸ਼ਾਮ ਨੂੰ 7:30 ਵਜੇ ਦੀਆਂ ਦੂਰਦਰਸ਼ਨ ਦੀਆਂ ਜਿਹੜੀਆਂ ਨਿਊਜ਼ ਹੁੰਦੀਆਂ ਉਹਦੇ 'ਚ ਦੱਸਿਆ ਜਾਂਦਾ ਸੀਗਾ ਫਿਰ ਅਸੀਂ ਤੀਸਰੇ ਦਿਨ ਕੀ ਕੀਤਾ ਵੀ ਉੱਥੋਂ ਤੁਰਨਾ ਸ਼ੁਰੂ ਕਰ ਲਿਆ ਡੱਬਵਾਲੀ ਤੋਂ ਅਤੇ ਡੱਬਵਾਲੀ ਤੋਂ ਮੇਬੀ 150 ਕਿਲੋਮੀਟਰ ਹੋਊਗਾ ਫਰੀਦਕੋਟ ਜਿੱਦਾਂ ਅਸੀਂ ਆਉਣਾ ਸੀਗਾ ਅਸੀਂ 10-20 ਕਿਲੋਮੀਟਰ ਖੇਤਾਂ ਦੇ ਵਿੱਚ ਦੀ ਲੰਮੇ ਪੈ ਕੇ ਕਿਉਂਕਿ ਜਿੱਥੇ ਦਿਖਦੀ ਸਾਨੂੰ ਮਿਲਟਰੀ ਦਿਖਦੀ ਸੀਗੀ ਜੇ ਅਸੀਂ ਮਿਲਟਰੀ ਨੂੰ ਦੇਖੀਏ ਤਾਂ ਉਹਨਾਂ ਨੇ ਸਾਡੇ ਸ਼ੂਟ ਸਾਨੂੰ ਕਰ ਸਕਦੇ ਸੀਗੇ ਕਿਉਂਕਿ ਅਸੀਂ ਉਹ ਖਾੜਕੂ ਦੇ ਰੂਪ 'ਚ ਹੀ ਸੀ ਨਾ ਅਸੀਂ ਸਾਡੇ ਪੱਗਾਂ ਵੀ ਬੰਨੀਆਂ ਸਾਡੇ ਕੱਪੜੇ ਵੀ ਚਿੱਟੇ ਪਾਏ ਸੀ ਗਾਤਰੇ ਵੀ ਮੇਰੇ ਨਹੀਂ ਪਾਏ ਸੀ ਉਹਨਾਂ ਦੇ ਗਾਤਰੇ ਵੀ ਪਾਏ ਸੀ ਹੱਥਾਂ 'ਚ ਵੀ ਸਾਡੇ ਸਰੰਗੀਆਂ ਸੀ ਸੋ ਉਹਨਾਂ ਨੇ ਤਾਂ ਇਹੀ ਸਮਝਣਾ ਵੀ ਇਸ ਟ੍ਰੇਨ ਕਰਨਾ ਲਈ ਜਾਂਦੇ ਹੈ ਨਾ ਲੇਕਿਨ ਅਸੀਂ ਲੁਕਦੇ ਲੁਕਾਉਂਦੇ ਅਸੀਂ ਪਹਿਲਾਂ ਬਠਿੰਡੇ ਦੇ ਕੋਲ ਆਏ ਉਸ ਤੋਂ ਬਾਅਦ ਅਸੀਂ ਮਲੋੜ ਦੇ ਕੋਲ ਆ ਗਏ ਉਸ ਤੋਂ ਬਾਅਦ ਫਿਰ ਉਹਨਾਂ ਦੀ ਕੋਈ ਇੱਕ ਪੋਤੀ ਸੀਗੀ ਉਹਦਾ ਘਰ ਸੀਗਾ
ਫਿਰ ਅਸੀਂ ਉਹਨਾਂ ਦੇ ਘਰ ਆਏ, ਅਸੀਂ ਇੱਕ ਹਫ਼ਤੇ ਦੇ ਵਿੱਚ ਜਿਹੜਾ ਉਹ ਅਸੀਂ ਫਰੀਦਕੋਟ ਆਏ। ਔਰ ਸਾਨੂੰ ਪਤਾ ਹੈ ਵੀ ਘਰ ਆ ਕੇ ਸਾਡੇ ਮੇਰੇ ਸਾਡੀਆਂ ਜੁੱਤੀਆਂ ਜਿਹੜੀਆਂ ਟੁੱਟ ਗਈਆਂ ਸੀਗੀਆਂ, ਔਰ ਚੱਪਲਾਂ ਅਸੀਂ ਲੋਕਾਂ ਤੋਂ ਲੈ ਕੇ ਗੁਰਦੁਆਰਾ 'ਚ ਰਾਤਾਂ ਨੂੰ ਰਹਿ ਕੇ, ਚੱਪਲਾਂ ਦੇ ਵਿੱਚ ਦੀ ਕਰਚੇ ਜਿਹੜੇ ਵੱਜ ਜਾਂਦੇ ਸੀਗੇ, ਅਤੇ ਸਾਡੇ ਪੈਰ ਜਿਹੜੇ ਲਹੂ ਲਵਾਣ ਸੀ, ਇੱਕ ਇੱਕ ਮਹੀਨਾ ਅਸੀਂ ਧਰਤੀ 'ਤੇ ਪੈਰ ਨਹੀਂ ਲਾ ਸਕੇ, ਲਹੂ ਲਵਾਣ ਸੀਗੇ। ਮਤਲਬ ਜਿਹੜੇ ਮੇਰੇ ਹੁਣ ਵੀ ਪੈਰ ਦੇਖੋਗੇ, ਮੇਰੇ ਹੁਣ ਵੀ ਪੈਰਾਂ 'ਤੇ ਨਿਸ਼ਾਨ ਹੈਗੇ ਹੈ, ਹਜੇ ਤੱਕ ਵੀ ਗਏ ਨਹੀਂ, ਤੁਹਾਨੂੰ ਨਿਸ਼ਾਨ ਦੇਖ ਸਕਦੇ ਦੇਖੋਗੇ ਤੁਸੀਂ। ਅਤੇ ਬਹੁਤ ਜ਼ਿਆਦਾ ਉਹ ਬੁਰਾ ਵਕਤ ਸੀ ਦੇਖਿਆ, ਉਹਦੇ 'ਚ ਫਿਰ ਬਹੁਤ ਫਰਕ ਪਿਆ, ਕਿਉਂਕਿ ਉਸ ਵਕਤ ਸਾਡਾ ਨਾਂ ਸੀਗਾ ਜੇ ਅਸੀਂ ਗਾ ਸਕਦੇ ਸੀਗੇ, ਹੈ ਨਾ, ਸਾਨੂੰ ਲੋਕ ਪੁੱਛਦੇ ਸੀਗੇ, ਕਿਉਂਕਿ ਅਗਰ ਕੋਈ ਬੰਦਾ ਗਲਤੀ ਕਰ ਲੈਂਦਾ ਸੀਗਾ ਪਿੰਡ 'ਚ ਕਿਸੇ ਕਲਾਕਾਰ ਦਾ ਖਾੜਾ ਲਵਾ ਦਿੰਦੇ ਸੀਗੇ, ਉੱਥੇ ਖਾੜਕੂ ਆ ਜਾਂਦੇ ਸੀਗੇ, ਅਤੇ ਖਾੜਕੂ ਇਹ ਕਹਿੰਦੇ ਸੀਗੇ ਵੀ ਚਲੋ ਤੁਹਾਡੇ ਨਾਲ ਜੇ ਸਿੱਖ ਅੱਗੋਂ ਹੈਗੇ ਆ ਵੀ ਤੁਹਾਡੇ ਨਾਲ ਨਰਮਾਈ ਇਹ ਵਰਤਦੇ, ਸਾਰੀ ਬਰਾਤ ਨੂੰ ਪਿੰਡ ਦੇ ਵਿੱਚ ਛੱਪੜ ਦੇ ਵਿੱਚ ਦੀ ਉਹ, ਹਾਂ ਕਹਿੰਦੇ ਸੀ ਛੱਪੜ ਵਿੱਚ ਦੀ ਲੰਘ ਜੋ ਅਤੇ ਆਪਦੇ ਘਰਾਂ ਨੂੰ ਚਲੇ ਜਾਓ, ਲਕੀਰਾਂ ਹਾਂ ਤੁਹਾਡੀ ਜਾਨ ਬਖਸ਼ਦੀ, ਲੇਕਿਨ ਤੁਹਾਨੂੰ ਬੇਇੱਜ਼ਤ ਕਰਨਾ ਹੈ ਕਿ ਤੁਸੀਂ ਇਹ ਜਿਹੜਾ ਹੈਗਾ ਸਾਡੇ ਹੁਕਮ ਦੂਲੀ ਕੀਤੀ ਹੈ। ਸੋ ਲੋਕ ਡਰਦੇ ਸੀਗੇ, ਔਰ 4-5 ਵਜੇ ਤੋਂ ਬਾਅਦ ਦਰਵਾਜ਼ੇ ਬੰਦ ਹੋ ਜਾਂਦੇ ਸੀ, ਲਾਈਟਾਂ ਬੰਦ ਹੋ ਜਾਂਦੀਆਂ ਸੀਗੀਆਂ, ਕੋਈ ਬੰਦਾ ਲਾਈਟ ਜਗਾਉਂਦਾ ਸੀ ਜਾਂ ਤਾਂ ਫਿਰ ਪੁਲਿਸ ਨੇ ਆ ਕੇ ਦਰਵਾਜ਼ਾ ਖੜਕਾਉਣਾ ਜਾਂ ਖਾੜਕੂਆਂ ਨੇ ਆ ਕੇ ਦਰਵਾਜ਼ਾ ਖੜਕਾਉਣਾ। ਸੋ ਜੇ ਬੁਲਟ ਦੀ ਮੋਟਰਸਾਈਕਲ ਦੀ, ਬੁਲਟ ਦੀ ਦਹਿਸ਼ਤ ਸੀ ਉਸ ਵਕਤ, ਕਿਉਂਕਿ ਉਦੋਂ ਬੁਲਟ 'ਤੇ ਆਉਂਦੇ ਸੀ ਸਿੰਘ ਜਿਹੜੇ ਆਉਂਦੇ ਸੀਗੇ। ਸੋ ਜਦੋਂ ਬੁਲਟ ਆਉਂਦਾ ਸੀਗਾ ਤਾਂ ਉਦੋਂ ਵੀ ਅਗਲੇ ਨੂੰ ਲੱਗਦਾ ਸੀਗਾ ਵੀ ਜੇ ਸਾਡੇ ਬਾਹਰ ਮੂਹਰੇ ਖੜ ਗਿਆ ਤਾਂ ਮਤਲਬ ਅਸੀਂ ਖਤਮ ਹੋ ਗਏ, ਕਿਉਂਕਿ ਲੋਕ ਦੋ ਪਾਸਿਓਂ ਮਰੇ ਹੈ। ਜੇ ਪੁਲਿਸ ਵਾਲੇ ਆ ਗਏ ਤਾਂ ਉਹਨਾਂ ਨੇ ਲੜਕੀਆਂ ਦੇ ਨਾਲ ਕੀ ਕਰਨਾ ਤੁਹਾਨੂੰ ਨਹੀਂ ਪਤਾ, ਸਰਦਾਰਾਂ ਨਾਲ ਕੀ ਕਰਨਾ ਤੁਹਾਨੂੰ ਨਹੀਂ ਪਤਾ, ਜੇ ਖਾੜਕੂ ਆ ਗਏ ਉਹਨਾਂ ਨੇ ਤੁਹਾਡੇ ਨਾਲ ਕੀ ਕਰਨਾ। ਉਹਨਾਂ ਤੋਂ ਹਿੰਦੂ ਡਰਦੇ ਸੀਗੇ, ਪੁਲਿਸ ਤੋਂ ਸਿੱਖ ਡਰਦੇ ਸੀਗੇ। ਸੋ ਬਹੁਤ ਜਿਹੜੇ ਮਾੜੇ ਹਾਲਾਤ ਸੀਗੇ, ਤ੍ਰਾਸਦੀ ਸੀ, ਇੱਕ ਜਿਹਨੂੰ ਆਪਾਂ ਕਹਿ ਦਈਏ ਨਰਕ, ਇੱਕ ਨਰਕ ਦਾ ਮਤਲਬ ਮਾਹੌਲ ਜਿਹੜਾ ਸੀਗਾ, ਜਿਹਦੇ 'ਚ ਬੇਕਸੂਰ ਹਿੰਦੂ ਸੀ, ਬੇਕਸੂਰ ਸਿੱਖ ਸੀਗੇ, ਲੇਕਿਨ ਕੁਝ ਕੁ ਲੋਕਾਂ ਨੇ ਜਿਹੜੇ ਘੁਸਪੈਠ ਕਰ ਲਈ ਖਾੜਕੂਆਂ ਦੇ ਵਿੱਚ ਵੀ। ਜਿਹੜੇ ਸਹੀ ਖਾੜਕੂ ਸੀ ਉਹ ਗਲਤ ਨਹੀਂ ਕਰਦੇ ਸੀ, ਪਰ ਜਿਹੜੇ 2 ਨੰਬਰ ਦੇ ਵਿੱਚ ਲੋਕ ਰਲ ਕੇ ਖਾੜਕੂ ਬਣ ਗਏ, ਉਹਨਾਂ ਲੋਕਾਂ ਨੇ ਲੁੱਟਾਂ ਖੋਹਾਂ ਕੀਤੀਆਂ। ਨਹੀਂ ਗਾਇਕੀ ਬਸ ਉਹੀ ਸਿਹਰੇ ਚੱਲਦੇ ਰਹੇ, ਸਿੱਖਿਆ ਚੱਲਦੀ ਰਹੀ, ਮਿਹਨਤ ਚੱਲਦੀ ਰਹੀ। ਮੈਂ ਅਸੀਂ ਅਕੈਡਮੀ ਚਲਾਈ ਹੈ 1983 ਤੋਂ ਲੈ ਕੇ 1991 ਤੱਕ ਮੈਂ ਅਕੈਡਮੀ ਚਲਾਈ ਹੈ, ਮੈਂ ਬੰਦ ਨਹੀਂ ਕੀਤਾ ਆਪਣੇ ਆਪ ਨੂੰ। ਅਸੀਂ ਸਵੇਰੇ 9 ਵਜੇ ਆ ਕੇ ਅਕੈਡਮੀ 'ਚ ਬਹਿ ਜਾਂਦੇ ਸੀਗੇ, ਬੱਚੇ ਸਿੱਖਦੇ ਸੀਗੇ, ਮਿਊਜ਼ਿਕ ਸਿਖਾਉਂਦੇ ਸੀਗੇ, ਆਪਦੀ ਤਿਆਰੀ ਹੁੰਦੀ ਸੀਗੀ, ਔਰ ਰੇਡੀਓ 'ਤੇ ਜਾਂਦੇ ਸੀਗੇ, ਰੇਡੀਓ 'ਤੇ ਗਾਉਣਾ ਉਸ ਵਕਤ ਅੱਜ ਦੇ 10 ਬੈਂਡ ਲੈਣ ਦੇ ਬਰਾਬਰ ਸੀ। ਹਾਂ, ਜਿਸ ਬੰਦੇ ਨੇ ਆਈਲੈਟਸ ਦੇ, ਅੱਜ ਸਾਡੇ ਬੱਚੇ 6 ਤਾਂ ਬਹੁਤ ਦੂਰ ਦੀ ਗੱਲ ਹੈ, 5 ਵੀ ਜਿਹੜੇ ਬੈਂਡ ਆ ਮੁੰਡਿਆਂ ਨੂੰ ਲੈਣੇ ਮੁਸ਼ਕਲ ਹੈ, ਅਤੇ ਰੇਡੀਓ 'ਤੇ ਗਾਉਣਾ 10 ਬੈਂਡ ਲੈਣੇ ਹੁੰਦੇ ਸੀਗੇ। ਅੱਛਾ, ਔਰ ਮੈਂ 5 ਸਾਲਾਂ ਬਾਅਦ ਲਏ ਉਹ 10 ਬੈਂਡ, 5 ਸਾਲ ਫਾਜ਼ਿਲਕਾ ਤੋਂ ਜਾਂਦਾ ਰਿਹਾ, ਮੈਂ ਫੇਲ ਹੁੰਦਾ ਰਿਹਾ। ਅੱਛਾ, ਅਤੇ ਉਦੋਂ ਬਾਅਦ ਫਿਰ ਮੈਂ ਜਦੋਂ ਰੇਡੀਓ ਪਾਸ ਕੀਤਾ, ਫਿਰ ਮੈਂ ਟੀ ਵੀ ਪਾਸ ਕੀਤਾ, ਫਿਰ ਸਮਝ ਲਓ ਤੁਹਾਨੂੰ ਪੈਨਸ਼ਨ ਹੀ ਮਿਲ ਜਾਂਦੀ ਹੈ, ਤੁਹਾਨੂੰ ਰੇਡੀਓ ਬੁਲਾਉਂਦਾ, ਤੁਹਾਨੂੰ ਪੈਸੇ ਦਿੰਦਾ, ਟੀ ਵੀ ਬੁਲਾਉਂਦਾ, ਪੈਸੇ ਦਿੰਦਾ, ਐਜ਼ ਏ ਮਿਊਜ਼ਿਕ ਡਾਇਰੈਕਟਰ ਤੁਸੀਂ ਕੰਮ ਕਰਦੇ ਹੋ। ਸੋ ਮੈਂ ਆਪਣੇ ਆਪ ਨੂੰ ਮਤਲਬ ਨਾ ਜਿੱਦਾਂ ਕਹਿ ਲਓ ਵੀ ਤੁਹਾਨੂੰ ਲੱਭਣਾ ਪੈਂਦਾ, ਵਰਕ ਤੁਹਾਨੂੰ ਲੱਭਣਾ ਪੈਂਦਾ, ਪੈਦਾ ਕਰਨਾ, ਰੁਜ਼ਗਾਰ ਤੁਹਾਨੂੰ ਪੈਦਾ ਕਰਨਾ ਪੈਂਦਾ। ਸੋ ਮੈਂ ਆਪਣੇ ਰੁਜ਼ਗਾਰ ਪੈਦਾ ਕੀਤੇ ਹੈ ਪੰਜਾਬ ਦੇ ਵਿੱਚ, ਚਾਹੇ 10,000 ਕਲਾਕਾਰ ਹੈ ਚਾਹੇ 1,00,000 ਕਲਾਕਾਰ ਹੈ। ਆਲ ਇੰਡੀਆ ਰੇਡੀਓ ਤੋਂ ਜਿਹੜੇ ਅਪਰੂਵਡ ਆਰਟਿਸਟ ਹੈ, ਏ ਗ੍ਰੇਡ ਆਰਟਿਸਟ ਜਿਹੜੇ ਹੈ, ਉਹ 7-8 ਆਰਟਿਸਟ ਹੈ ਸਿਰਫ, ਹੁਣ ਤੱਕ ਵੀ ਸਟਿਲ ਸਿਰਫ 8 ਆਰਟਿਸਟ ਅਪਰੂਵਡ ਹੈ ਜਿਹੜੇ ਏ ਗ੍ਰੇਡ ਆਰਟਿਸਟ ਹੈ। ਔਰ
ਬੜੇ ਵੱਡੇ ਵੱਡੇ ਮੈਂ ਨਾਂ ਨਹੀਂ ਲੈ ਸਕਦਾ, ਲੇਕਿਨ ਬੜੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਗਾਇਕ ਜਿਹੜੇ ਆ ਚਾਰ ਚਾਰ ਵਾਰੀ ਫੇਲ ਹੋਏ ਉੱਥੋਂ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕਹਿਤਾ ਕਿ ਅੱਜ ਤੋਂ ਬਾਅਦ ਅਸੀਂ ਰੇਡੀਓ ਦੀ ਜੂਹ ਨਹੀਂ ਲੰਘਣੀ ਕਿਉਂਕਿ ਅਸੀਂ ਪਾਸ ਨਹੀਂ ਹੋ ਸਕਦੇ, ਇਹ ਸਾਡੇ ਨਾਲ ਫਾਰਸ਼ਲਟੀ ਕਰਦੇ ਆ, ਜਦਕਿ ਉਹਦਾ ਜਿਹੜਾ ਕ੍ਰਾਈਟੇਰੀਆ ਇੰਨਾ ਮੁਸ਼ਕਲ ਹੈ ਕਿ ਤੁਸੀਂ ਪੰਜ ਗਾਣੇ ਗਾਉਣੇ ਹੈ ਆਪਦੀ ਮਰਜ਼ੀ ਨਾਲ ਗਾਉਣੇ ਹੈ, ਪੰਜਾਂ ਦੀ ਕੈਟਾਗਰੀ ਵੱਖਰੀ ਹੈ, ਪੰਜੇ ਇੱਕ ਸਾਹ ਗਾਉਣੇ ਹੈ, ਇੱਕ ਵੀ ਮਿਸਟੇਕ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਤੁਹਾਡਾ ਉਹ ਡਾਟਾ ਦਿੱਲੀ ਜਾਣਾ, ਦਿੱਲੀ ਤੁਹਾਡਾ ਰੋਲ ਨੰਬਰ ਜਾਣਾ, ਸਿਰਫ ਨੰਬਰ 1, ਨੰਬਰ 7, ਨੰਬਰ 5, ਕੋਈ ਤੁਹਾਡਾ ਨਾਂ ਨਹੀਂ ਜਾਣਾ। ਉੱਥੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਜੱਜਸ ਆਉਣੇ ਹੈ, ਤਾਂ ਉਹਨਾਂ ਨੇ ਬਲੈਕ ਰੂਮ ਦੇ ਵਿੱਚ ਬੈਠ ਕੇ ਸਿਰਫ ਆਵਾਜ਼ ਸੁਣਾਉਣੀ ਹੈ, ਇਹ ਇਹਦੀ ਹੈ, ਇਹ ਇਹਦੀ ਹੈ, ਨੰਬਰ 1 ਹੈ, ਨੰਬਰ 2 ਆ, ਉਹਨਾਂ ਨੂੰ ਵੀ ਨਹੀਂ ਪਤਾ ਕੌਣ ਹੈ। ਸੋ ਉਹਨਾਂ ਨੇ ਮਾਰਕਸ ਲੱਗਣੇ ਆ, ਕੋਈ ਤਾਮਿਲ ਦਾ ਹੈ, ਕੋਈ ਚੇਨਈ ਦਾ ਹੈ, ਕੋਈ ਬੰਗਲੌਰ ਦਾ। ਸੋ ਜਿਹਦੇ ਨੰਬਰ ਲੱਗਣਗੇ ਉਹ ਸ਼ੀਟ ਇੱਥੇ ਆਊਗੀ, ਕਿਸੇ ਦਾ ਨਾਂ ਨਹੀਂ ਪਤਾ ਵੀ ਇਹ ਕੌਣ ਹੈ, ਨਿਰਮਲ ਸਿੱਧੂ ਹੈ, ਸਰਦੂਲ ਸਿਕੰਦਰ, ਹੰਸਰਾ, ਕਿਸੇ ਨੂੰ ਪਤਾ ਨਹੀਂ। ਸੋ ਜਿਹੜਾ ਉਹ ਕ੍ਰਾਈਟੀਰੀਆ ਪਾਸ ਕਰੂਗਾ ਉਹ ਪਾਸ ਹੋਊਗਾ। ਸੋ ਕਈ ਵਾਰੀ ਕਲਾਕਾਰ ਦਾ ਗਲਾ ਖਰਾਬ ਹੋ ਗਿਆ, ਕਈ ਵਾਰੀ ਲਫ਼ਜ਼ ਗਲਤ ਹੋ ਗਿਆ, ਕਈ ਵਾਰੀ ਸੁਰ ਤੋਂ ਬਾਹਰ ਹੋ ਗਿਆ, ਕਈ ਵਾਰੀ ਰਿਦਮ ਖਰਾਬ ਹੋ ਗਿਆ, ਅਤੇ ਉਹ ਉਹਦੇ ਲਈ ਬਹੁਤ ਜ਼ਿਆਦਾ ਸਹਿਣਸ਼ੀਲਤਾ ਦੀ ਜ਼ਰੂਰਤ ਹੈ। ਸੋ ਮੈਂ ਮਤਲਬ ਹਾਈ ਗ੍ਰੇਡ ਦੇ ਵਿੱਚ ਮੈਂ ਬਹੁਤ ਦੇਰ ਕੰਮ ਕੀਤਾ, ਜਿਹਦੇ ਕਰਕੇ ਫਿਰ ਸਾਨੂੰ ਸ਼੍ਰੀਨਗਰ ਵਾਲੇ ਵੀ ਬੁਲਾਉਂਦੇ ਆ, ਚੇਨਈ ਵਾਲੇ ਵੀ ਬੁਲਾਉਂਦੇ ਆ, ਬੰਬੇ ਵਾਲੇ ਵੀ ਬੁਲਾਉਂਦੇ ਆ, ਵਿਵਿਧ ਭਾਰਤੀ ਵਾਲੇ ਵੀ ਬੁਲਾਉਂਦੇ ਆ, ਔਰ ਅੱਜ ਵੀ ਮੈਂ ਇੱਥੇ ਬੈਠਾ, ਲੇਕਿਨ ਮੇਰੇ ਗਾਣੇ ਮਗਰ ਰੇਡੀਓ ਅਤੇ ਟੀਵੀ 'ਤੇ ਆਪਣੇ ਆਪ ਵੱਜ ਰਹੇ ਆ। ਯਾਨੀ ਕਲਾਕਾਰ ਨੇ ਪੈਸਾ ਕਮਾਉਣਾ ਕਿ ਅਮਰ ਹੋਣਾ, ਜੇ ਅਮਰ ਹੋਣਾ ਤਾਂ ਫਿਰ ਤੁਹਾਨੂੰ ਰੇਡੀਓ ਅਤੇ ਟੀਵੀ 'ਤੇ ਗਾਉਣਾ ਪਊਗਾ। ਔਰ ਜਿਹੜਾ ਅੱਜ ਮੇਰੇ ਅੱਜ ਤੋਂ 30 ਸਾਲ ਪੁਰਾਣੇ ਗੀਤ ਅੱਜ ਵੀ ਵੱਜ ਰਹੇ ਰੇਡੀਓ 'ਤੇ, ਮੈਨੂੰ ਲੋਕ ਫੋਨ ਕਰਕੇ ਦੱਸਦੇ ਆ, ਜਾਂ ਮੈਨੂੰ ਲੋਕ ਮੇਰੇ ਮੈਸੇਜ 'ਤੇ ਮੈਸੇਜ ਕਰ ਦਿੰਦੇ ਆ ਕਿ ਰਾਤੀ ਤੁਹਾਡਾ ਗਾਣਾ ਵੱਜਿਆ ਸੀਗਾ। ਸੋ ਉਹ ਇੱਕ ਕਮਾਈ ਆ ਸਾਡੀ, ਜਿਹੜੀ ਲੱਖਾਂ ਰੁਪਈਆ ਕਮਾ ਕੇ ਵੀ ਤੁਸੀਂ ਨਹੀਂ ਲੈ ਸਕਦੇ, ਪੈਸਾ ਦਿਓਗੇ ਤਾਂ ਲੱਗੂਗਾ, ਨਹੀਂ ਤਾਂ ਨਹੀਂ ਲੱਗੂਗਾ। ਫਿਰ ਤੁਹਾਡਾ ਇੰਗਲੈਂਡ ਵੱਲ ਨੂੰ ਕਿੱਦਾਂ ਬਣਿਆ ਵੀ ਤੁਸੀਂ ਫਿਰ ਸਾਰਾ ਇੱਧਰੋਂ ਦਰਮਦਾਰ ਛੱਡ ਕੇ ਇੱਧਰੋਂ ਤੁਰ ਪਏ ਇੰਗਲੈਂਡ ਵੱਲ, ਉਹ ਕੀ ਘਟਨਾ ਹੋਈ? ਹਾਂਜੀ, ਉਹ ਇਸ ਤਰ੍ਹਾਂ ਸੀਗਾ ਵੀ ਮੈਂ ਸਭ ਤੋਂ ਪਹਿਲਾਂ ਮੇਰੀ ਸ਼ੁਰੂਆਤ ਤਾਂ ਅਮਰੀਕਾ ਤੋਂ ਹੋਈ ਸੀਗੀ, ਕੇਦੀਪ, ਜਗਮੋਹਨ ਕੌਰ ਜੀ, ਸੁਰਿੰਦਰ ਸ਼ਿੰਦਾ, ਅਮਰ ਸਿੰਘ ਚਮਕੀਲਾ, ਕੁਲਦੀਪ ਕਾਂਤੀ, ਲਾਭ ਜੰਜੂਆ, ਅਸੀਂ ਸਾਰੇ ਮਤਲਬ ਜਿਹੜੇ ਨਾ ਗਰੁੱਪ ਸੀਗਾ, ਅਤੇ ਅਸੀਂ ਅਮਰੀਕਾ ਦੇ ਟੂਰ ਕੀਤੇ ਸੀਗੇ। ਅੱਛਾ। ਉਸ ਤੋਂ ਬਾਅਦ ਫਿਰ ਕੈਨੇਡਾ ਦੇ ਟੂਰ, ਜੋਗਿੰਦਰ ਬਾਸੀ ਗਾਉਂਦਾ ਪੰਜਾਬ, ਉਹਨਾਂ ਦੇ ਨਾਲ ਕਾਫੀ ਸਾਰੇ ਸ਼ੋਅ ਕੀਤੇ ਅਸੀਂ। ਐਂ ਕਰਦੇ ਕਰਦੇ ਹੀ ਮਤਲਬ ਫਿਰ ਵਾਰੀ ਆ ਗਈ ਇੰਗਲੈਂਡ ਦੀ, ਅਤੇ ਇੰਗਲੈਂਡ ਮੈਂ ਸਿਰਫ ਟੂਰਿਸਟ ਵੀਜ਼ੇ 'ਤੇ ਗਿਆ ਸੀਗਾ, ਫੈਮਿਲੀ ਵੀਜ਼ੇ ਦੇ ਉੱਤੇ। ਇਹ ਗੱਲ ਹੈਗੀ 2007 ਦੀ ਗੱਲ ਹੈਗੀ ਹੈ, 2007 ਦੀ ਗੱਲ ਹੈ। ਸੋ ਉਸ ਵਕਤ ਮੈਂ ਉੱਥੇ ਵੈਸੇ ਹੀ ਟੂਰਿਸਟ ਤੌਰ 'ਤੇ ਗਿਆ ਸੀ, ਮੈਨੂੰ ਮੇਰੇ ਦਿਮਾਗ 'ਚ ਵੀ ਨਹੀਂ ਸੀ ਵੀ ਮੈਂ ਉੱਥੇ ਗਾਉਣ ਜਾਣਾ ਜਾਂ ਇੱਦਾਂ ਹੈਗਾ, ਲੇਕਿਨ ਉੱਥੇ ਮੈਨੂੰ ਇੱਕ ਮਿਊਜ਼ਿਕ ਡਾਇਰੈਕਟਰ ਸੀਗਾ ਅਮਿਤ ਰਾਏ, ਉਹਨੇ ਮੈਨੂੰ ਪਛਾਣ ਲਿਆ, ਸਾਊਥ ਹਾਲ ਦੇ ਵਿੱਚ ਮੈਂ ਖੜ੍ਹਾ ਸੀਗਾ, ਤਾਂ ਉਹਨੇ ਮੈਂ ਖੜ੍ਹਾ ਸੀ ਅੱਡੇ 'ਤੇ ਖੜ੍ਹਾ ਸੀਗਾ, ਉਹਨੇ ਗੱਡੀ ਲਿਆ ਕੇ ਅੱਗੇ ਲਾਤੀ ਨਿਰਮਲ ਸਿੱਧੂ, ਮੈਂ ਕਿਹਾ ਯੈਸ, ਕਹਿੰਦਾ ਭਾਅ ਜੀ ਗੱਡੀ 'ਚ ਬੈਠੋ, ਮੈਂ ਗੱਡੀ 'ਚ ਬੈਠ ਗਿਆ, ਅਤੇ ਮੈਨੂੰ ਕਹਿਣ ਲੱਗੇ ਤੁਸੀਂ ਇੱਥੇ ਕਿਵੇਂ, ਮੈਂ ਕਿਹਾ ਮੈਂ ਘੁੰਮਣ ਫਿਰਨ ਆਇਆ ਸੀਗਾ, ਅਤੇ ਮੈਂ ਉਹਨੂੰ ਆਪਣੇ ਘਰ ਲੈ ਗਿਆ, ਨਾਲ ਹੀ ਅਸੀਂ ਰਹਿੰਦੇ ਸੀਗੇ। ਉਹ ਮੈਨੂੰ ਕਹਿਣ ਲੱਗਾ ਵੀ ਤੁਸੀਂ ਇੱਥੇ ਰਿਕਾਰਡਿੰਗ ਕਰੋ, ਤੁਹਾਡੀ ਆਵਾਜ਼ ਬੜੀ ਸਟਰੋਂਗ ਆ, ਇੱਥੇ ਸਟਰੋਂਗ ਆਵਾਜ਼ ਵਾਲੇ ਬੰਦੇ ਚੱਲਦੇ ਆ, ਮੈਂ ਕਿਹਾ ਵੀ ਮੈਂ ਗਾ ਲੂੰਗਾ ਕਿ ਮੈਨੂੰ ਚਾਂਸ ਮਿਲੂਗਾ, ਤਾਂ ਕਹਿੰਦਾ ਵੀ ਮੈਂ ਤੁਹਾਨੂੰ ਗਵਾਉਣਾ, ਉਹਨੇ ਫਿਰ ਆਪਣੇ ਮਿਊਜ਼ਿਕ ਦੇ ਵਿੱਚ ਮੈਨੂੰ ਗਵਾਇਆ। ਬਟ ਉਸ ਤੋਂ ਬਾਅਦ ਉਹਨੇ ਨਾਲ ਅਮਨ ਹੇਰ ਨੂੰ ਦੱਸਿਆ ਵੀ ਨਿਰਮਲ ਸਿੱਧੂ ਇੱਥੇ ਆਏ ਹੋਏ ਆ, ਤੁਸੀਂ ਇਹਨਾਂ ਨੂੰ ਮਿਲੋ। ਸੋ ਫਿਰ ਅਮਨ ਹੇਰ ਨੇ ਮੈਨੂੰ ਕਿਹਾ ਵੀ ਇੱਕ ਗਾਣਾ ਅਸੀਂ ਰਿਕਾਰਡ ਕੀਤਾ ਹੋਇਆ, ਪਰ ਮੈਨੂੰ ਸਵਾਦ ਨਹੀਂ ਆ ਰਿਹਾ, ਮੈਂ ਚਾਹੁੰਦਾ ਵੀ ਤੁਸੀਂ ਇਸ ਗਾਣੇ ਨੂੰ ਆਪਣੇ ਤਰੀਕੇ ਨਾਲ ਗਾਓ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਓਕੇ ਠੀਕ ਹੈ, ਮੈਂ ਸਟੂਡੀਓ 'ਚ ਗਿਆ, ਮੈਂ ਉਹ ਗਾਣਾ ਗਾ ਦਿੱਤਾ। ਉਹ ਗਾਣਾ ਸੀਗਾ ਸ਼ੇਰ ਪੰਜਾਬੀ ਪੁੱਤ ਇੱਕ ਤਾਣਕੇ ਤੁਰੀਏ, ਗਰਾਊਂਡ ਸ਼ੇਕਰ 2। ਉਹ ਗੀਤ ਜਦੋਂ ਜੀ ਫਿਰ ਮਾਰਕੀਟ ਦੇ ਵਿੱਚ ਟੇਪ ਆਉਂਦੀ ਹੈ, ਪਰ ਉਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਗਾਣਾ ਸੀਗਾ ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾ ਲੈਂਦੇ। ਸੋਰੀ, ਮੈਂ ਥੋੜ੍ਹਾ ਜਿਹਾ ਐਡਵਾਂਸ ਹੋ ਗਿਆ। ਪਹਿਲਾ ਗਾਣਾ ਸੀ ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾ ਲੈਂਦੇ, ਉਹ ਗਾਣਾ ਗਰਾਊਂਡ ਸ਼ੇਕਰ 1 ਵਿੱਚ ਸੀਗਾ। ਸੋ ਮੈਂ ਉਹ ਕਰਕੇ ਇੰਡੀਆ ਨੂੰ ਚਲਾ ਗਿਆ, ਮਗਰੋਂ ਟੇਪ ਰਿਲੀਜ਼ ਹੋ ਗਈ।
ਉਹ ਗਾਣਾ ਇੰਨਾ ਹਿੱਟ ਹੋਇਆ ਜਿੱਦਾਂ ਬਾਪੂ ਯਮਲਾ ਜੱਟ ਦਾ ਗਾਣਾ ਲੱਗਦਾ ਸੀ ਨਾ, ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ, ਅਤੇ ਭੰਗੜੇ ਵਾਲੇ ਸਭ ਤੋਂ ਪਹਿਲਾਂ ਗਾਣਾ ਇਹ ਲਾਉਂਦੇ ਸੀ, ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾ ਲੈਂਦੇ ਪੂਰੀ ਦੁਨੀਆ ਦੇ ਵਿੱਚ। ਉਹ ਭੰਗੜੇ ਵਾਲਿਆਂ ਨੇ ਗਾਣਾ ਚੱਕ ਲਿਆ, ਉਹ ਗਾਣਾ ਹਿੱਟ ਹੋ ਗਿਆ, ਫਿਰ ਉਹ ਸ਼ੇਰ ਪੰਜਾਬੀ ਗਾਣਾ ਅਮਨ ਕਹਿੰਦਾ ਕਰਨਾ, ਫਿਰ ਉਹ ਸ਼ੇਰ ਪੰਜਾਬੀ ਹਿੱਟ ਹੋ ਗਿਆ, ਫਿਰ ਹੋਰ ਪੰਜਾਬੀ ਆਇਆ, ਫਿਰ ਹੋਰ ਪੰਜਾਬੀ ਹਿੱਟ ਹੋ ਗਿਆ, ਚਾਰ ਪੰਜ ਰੜ ਕੇ, ਤੇਰੇ ਬਿਨਾਂ ਨਹੀਂ ਜੀਣਾ, ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ, ਬਸ ਫਿਰ ਇੱਕ ਐਸੀ ਲੜੀ ਲੱਗੀ ਯੂਕੇ ਦੇ ਵਿੱਚ ਕਿ ਬਾਬੇ ਦੀ ਕਿਰਪਾ ਦੇ ਨਾਲ ਪਿਛਲੇ 15-16 ਸਾਲ ਮੈਨੂੰ ਯੂਕੇ ਨੇ ਕਿਤੇ ਨਿਕਲ ਨਹੀਂ, ਮੈਂ ਆਸਟ੍ਰੇਲੀਆ 'ਚ ਬਹੁਤ ਵਾਰੀ ਸ਼ੋਅ ਮੇਰੇ ਬੁੱਕ ਹੋਏ ਹੈ, ਅਮਨ ਹੇਰ ਨੇ ਬੁੱਕ ਕੀਤੇ ਹੈ, ਕਲੱਬਾਂ ਦੇ ਸ਼ੋਅ ਵੀ ਬੁੱਕ ਹੋਏ ਹੈ, ਲੇਕਿਨ ਉਹ ਉੱਥੇ 3 ਪ੍ਰੋਗਰਾਮ ਬੁੱਕ ਕਰ ਲੈਂਦੇ ਸੀ, ਉਹ ਕਹਿੰਦੇ ਸੀ ਉੱਥੇ ਲੱਗਣਗੇ 4-5 ਦਿਨ, ਇੱਥੇ ਪ੍ਰੋਗਰਾਮ 5 ਆਪਣੇ ਖਰਾਬ ਹੋ ਜਾਣੇ ਆ, ਕਿਉਂਕਿ ਮੈਂ ਉਹਨਾਂ ਨਾਲ ਕੰਮ ਕਰਦਾ ਸੀਗਾ, ਉਹ ਕੈਂਸਲ ਕਰ ਦਿੰਦੇ ਸੀਗੇ, ਸੋ ਮੈਂ ਉੱਥੇ ਹੀ ਪ੍ਰੋਗਰਾਮ ਕੀਤਾ। ਸੋ ਬਸ ਫਿਰ ਮੈਂ ਕਹਿ ਲਓ ਵੀ ਮੇਰਾ ਸੈਕਿੰਡ ਹੋਮ ਹੀ ਬਣ ਗਿਆ, ਕਿਉਂਕਿ ਬੱਚੇ ਵੀ ਮੇਰੇ ਨਾਲ ਉੱਥੇ ਰਹਿੰਦੇ ਸੀ, ਮੈਂ ਰਹਿੰਦਾ ਵੀ ਉੱਥੇ ਸੀਗਾ, ਹਫ਼ਤੇ 'ਚ 3-3-4 ਇੱਕ ਦਿਨ 'ਚ 3-3 ਪ੍ਰੋਗਰਾਮ ਹੁੰਦੇ ਸੀਗੇ ਯੂਕੇ ਦੇ ਵਿੱਚ, ਹਾਂ ਇੱਕ ਦਿਨ 'ਚ, ਯਾਨੀ ਫਰਾਈਡੇ ਵੀ ਪ੍ਰੋਗਰਾਮ ਇੱਕ ਹੈਗਾ ਰਾਤ ਦਾ, ਸੈਚਰਡੇ ਫਿਰ 2-3 ਪ੍ਰੋਗਰਾਮ ਹੈ, ਸੰਡੇ ਫਿਰ 2-3 ਪ੍ਰੋਗਰਾਮ ਹੈ, ਰਾਤ ਦੇ 12-12 ਵਜੇ ਤੱਕ ਪ੍ਰੋਗਰਾਮ ਹੁੰਦੇ, ਜਿੱਦਣ ਅਗਲੇ ਦਿਨ ਛੁੱਟੀ ਹੁੰਦੀ ਮੰਡੇ ਦੀ ਉੱਧਰ ਮੰਡੇ ਦਾ ਵੀ ਪ੍ਰੋਗਰਾਮ ਹੁੰਦਾ ਸੀਗਾ। ਸੋ ਬਹੁਤ ਕੰਮ ਕੀਤਾ, ਅਤੇ ਸਮਝ ਲਓ ਮੇਰਾ ਘਰ ਹੀ ਯੂਕੇ ਬਣ ਗਿਆ, ਫਿਰ ਬੱਚੇ ਨਾਲ ਰਹਿੰਦੇ ਸੀ, ਬੱਚਿਆਂ ਦੇ ਵਿਆਹ ਉੱਥੇ ਹੋ ਗਏ, ਫਿਰ ਬੱਚੇ ਵੀ ਉੱਥੋਂ ਦੇ ਹੋ ਗਏ, ਹੁਣ ਪੁੱਤ ਪੁੱਤਰੇ ਵਾਲੇ ਹੋ ਗਏ, ਹੁਣ ਸਾਰਾ ਕੁਝ ਉੱਥੇ ਹੋ ਗਿਆ। ਸੋ ਵੈਸੇ ਤਾਂ ਕਲਾਕਾਰ ਤੁਰਦਾ ਫਿਰਦਾ ਹੀ ਚੰਗਾ ਲੱਗਦਾ, ਅਤੇ ਮੈਂ ਤੁਰਦਾ ਫਿਰਦਾ ਹੀ ਰਹਿੰਦਾ ਜਿੱਥੇ ਲੋਕ ਬੁਲਾਉਂਦੇ ਆ, ਜਿੱਦਾਂ ਹੁਣ ਤੁਸੀਂ ਇੱਥੇ ਬੁਲਾਇਆ, ਤੁਹਾਡੇ ਕੋਲ ਆਇਆ, ਹੈ ਨਾ। ਸੋ ਠੀਕ ਹੈ, ਪਰਮਾਤਮਾ ਜੋ ਵੀ ਜਿੱਥੇ ਲਿਖਿਆ ਹੁੰਦਾ ਉਦੋਂ ਨਾ ਤਾਂ ਪਹਿਲਾਂ ਜਾ ਸਕਦੇ ਹੋ, ਨਾ ਤੁਸੀਂ ਬਾਅਦ 'ਚ ਜਾ ਸਕਦੇ ਹੋ, ਤੁਸੀਂ ਉਸ ਟਾਈਮ 'ਤੇ ਜਾਣਾ ਜਦੋਂ ਚੋਅ ਖਿਲਾਰੀ ਆ ਤੁਹਾਡੀ। ਨਹੀਂ, ਬਹੁਤ ਹੀ ਵਧੀਆ। ਅਤੇ ਹੁਣ ਆਪਾਂ ਪੁੱਛੀਏ ਆਉਣ ਵਾਲੇ ਪ੍ਰੋਜੈਕਟ ਕਿਹੜੇ ਕਿਹੜੇ ਨੇ? ਆਉਣ ਵਾਲੇ ਬਹੁਤ ਸਾਰੇ ਪ੍ਰੋਜੈਕਟ ਪਾਈਪਲਾਈਨ ਦੇ ਵਿੱਚ ਹੀ ਹੈ। ਹੁਣ ਇੱਕ ਤਾਂ ਜਿਹੜਾ ਹੈਗਾ ਲਲਕਾਰੇ ਮਾਰ ਦਾ ਗਾਣਾ ਹੁਣ ਰਿਲੀਜ਼ ਹੋਇਆ ਹੋਇਆ, ਜਿਹਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਆ, ਅਤੇ ਇਸ ਤੋਂ ਬਾਅਦ ਤੀਆਂ ਤੀਜ ਦੀਆਂ ਜਿਹੜਾ ਕਿ ਤੁਸੀਂ ਜੀ ਦਾ ਪਾਰਟ ਹੋ ਇੱਕ, ਹੈ ਨਾ, ਹਰਕੀਰ ਜੀ ਤੁਸੀਂ ਵੀ ਪਾਰਟ ਹੀ ਹੋ ਉਹਦਾ, ਅਤੇ ਕਿਉਂਕਿ ਇੱਦਾਂ ਦੇ ਗਾਣੇ ਬਹੁਤ ਘੱਟ ਹੋਏ ਆ, ਅਤੇ ਤੁਹਾਨੂੰ ਮਿਲ ਕੇ ਜਾਂ ਤੁਹਾਡੇ ਨਾਲ ਮੈਨੂੰ ਗੱਲਬਾਤ ਕਰਕੇ ਪਤਾ ਲੱਗਾ ਵੀ ਬੱਚਿਆਂ ਦੇ ਲਈ ਵੀ ਆਪਾਂ ਕੋਈ ਸਪੈਸ਼ਲ ਗੀਤ ਬਣਾਈਏ ਜਿਹਦੇ 'ਚ ਸਾਡੀਆਂ ਬੀਬੀਆਂ, ਸਾਡੀਆਂ ਭੈਣਾਂ, ਹੈ ਨਾ, ਰਚ ਕੇ ਗਿੱਧਾ ਪਾ ਸਕਣ ਅਤੇ ਸੈਲੀਬ੍ਰੇਟ ਕਰਨ। ਸੋ ਇਹ ਤੀਆਂ ਤੀਜ ਦੀਆਂ ਗਾਣਾ ਜਿਹੜਾ ਜੂਨ ਦੇ ਵਿੱਚ ਰਿਲੀਜ਼ ਹੋ ਜਾਣਾ। ਉਸ ਤੋਂ ਬਾਅਦ ਗੁਰਲੇਜ਼ ਅਖਤਰ ਦੇ ਨਾਲ ਇੱਕ ਥਾਰ ਸੌਂਗ ਹੈ, ਉਹ ਬਹੁਤ ਵਧੀਆ ਗੀਤ ਆ। ਅਮਨ ਹੇਰ ਗਰਾਊਂਡ ਸ਼ੇਕਰ 3 ਆ ਰਹੀ ਹੈ, ਉਹਦੇ 'ਚ ਮੇਰਾ ਅਤੇ ਅੰਗਰੇਜ਼ ਅਲੀ ਦਾ ਬਹੁਤ ਹੀ ਘੈਂਟ ਗਾਣਾ, ਬਹੁਤ ਹੀ ਮਤਲਬ ਕਿ ਸਟੇਜਾਂ 'ਤੇ ਤਰਫੱਲੀਆਂ ਮਚਾਉਣ ਵਾਲਾ ਗੀਤ ਹੈ। ਫਿਲਮ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਆ ਰਹੀਆਂ, ਉਹਦੇ 'ਚ ਜਾਵੇਦ ਬਸ਼ੀਰ, ਹਰਸ਼ਦੀਪ ਬੰਬੇ ਵਾਲੀ ਔਰ ਮੈਂ, ਅਸੀਂ ਤਿੰਨਾਂ ਨੇ ਮਿਊਜ਼ਿਕ ਮੈਂ ਕੀਤਾ, ਟਾਈਟਲ ਸੌਂਗ ਹੈ ਫਿਲਮ ਦਾ, ਉਹ ਗਾਣਾ ਆ ਰਿਹਾ। ਹੋਰ ਵੀ ਕਾਫੀ ਸਾਰੀਆਂ ਫਿਲਮਾਂ ਵੀ ਹੈ, ਸੀਰੀਅਲ ਵੀ ਹੈ, ਸੋ ਕਾਫੀ ਸਾਰੀ ਮਤਲਬ ਟਰੈਕਸ ਹੈ। ਸ਼ਬਦ ਗੁਰਬਾਣੀ ਹੈ, ਉਸ ਤੋਂ ਬਾਅਦ ਸੂਫੀ ਮਿਊਜ਼ਿਕ ਹੈ, ਨੱਚਣ ਟੱਪਣ ਵਾਲੇ ਗੀਤ ਹੈ, ਪੰਜਾਬ ਦੇ ਉੱਤੇ ਗੀਤ ਹੈਗੇ ਆ, ਫੁਕਰਾ ਪੰਥੀ ਦੇ ਗੀਤ ਹੈਗੇ ਆ। ਸੋ ਕਾਫੀ ਸਾਰੇ ਪਾਈਪਲਾਈਨ 'ਚ ਪ੍ਰੋਜੈਕਟ ਆ ਜਿਹੜੇ ਆਉਣ ਵਾਲੇ ਸਮੇਂ 'ਚ ਆਉਣਗੇ। ਅਤੇ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਕਿਉਂਕਿ ਨਿਰਮਲ ਭਾਅ ਜੀ ਦੇ ਕੋਲ ਇੱਕ ਬਹੁਤ ਹੀ ਵੱਡਾ ਖਜ਼ਾਨਾ ਆ ਗੱਲਾਂ ਦਾ। ਕਿਹੜਾ ਚੱਲਦੀ ਫਿਰਦੀ ਲਾਇਬ੍ਰੇਰੀ ਆ, ਕਿਉਂਕਿ ਤੁਸੀਂ ਉਹ ਸਮਾਂ ਵੀ ਹੰਢਾਇਆ ਆ ਜਿਹੜਾ ਜਿੱਥੋਂ ਸ਼ੁਰੂਆਤ ਲਾਈ ਲਈ ਆਪਾਂ, ਹੈ ਨਾ, ਜਦੋਂ ਦੀ ਗੱਲ ਕੀਤੀ ਰੇਡੀਓ ਦੀ, ਟੀ ਵੀ ਦੀ, ਹੈ ਨਾ, ਜਦੋਂ ਆਪਣਾ ਦੂਰਦਰਸ਼ਨ ਸੀਗਾ, ਇਹ ਤੁਸੀਂ ਉਹ ਸਾਰਾ ਜਿਹੜਾ ਆ ਉਹ ਦੇਖਿਆ ਆ ਸਮਾਂ ਜੀ, ਅਤੇ ਮੈਨੂੰ ਲੱਗਦਾ ਇੱਕ ਚੱਲਦੀ ਫਿਰਦੀ ਲਾਇਬ੍ਰੇਰੀ ਆ, ਅਤੇ ਇਹ ਸਾਡੇ ਲਈ ਇੱਕ ਇਤਿਹਾਸ ਬਣਦਾ ਕਿ ਕਿੱਦਾਂ ਕਿੱਦਾਂ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪੰਜਾਬੀ ਇੰਡਸਟਰੀ, ਪੰਜਾਬੀ ਗਾਇਕੀ ਦਾ ਨਿਕਾਸ ਅਤੇ ਵਿਕਾਸ ਕਿੱਦਾਂ ਹੋਇਆ, ਉਹ ਸਾਰਾ ਤੁਸੀਂ ਆਪਣੇ ਹੱਥੀਂ ਦੇਖ ਹੰਢਾਇਆ ਆ, ਤੁਸੀਂ ਉਹਨਾਂ ਤੁਸੀਂ ਉੱਥੋਂ ਤੁਰੇ ਆ ਜਦੋਂ ਸ਼ੁਰੂਆਤ ਤੋਂ ਲੈ ਕੇ ਇੰਨਾ ਸਫ਼ਰ ਹੰਢਾਇਆ, ਇਹ ਸਾਡੇ ਲਈ ਵੀ ਮਾਣ ਦੀ ਗੱਲ ਆ ਭਾਅ ਜੀ, ਅਤੇ ਅਸੀਂ ਇਹ ਤੁਹਾਡੇ ਨਾਲ ਬੈਠੇ ਹਾਂ, ਅੱਜ ਤੁਹਾਡੀਆਂ ਗੱਲਾਂ ਸੁਣ ਰਹੇ ਹਾਂ, ਅਤੇ ਪਰਮਾਤਮਾ ਕਰੇ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ, ਇੰਨੀ ਸੋਹਣੀ ਆਵਾਜ਼ ਦੇ ਨਾਲ ਇੰਨਾ ਸੋਹਣਾ ਮਿਊਜ਼ਿਕ ਦਿੰਦੇ ਹਾਂ, ਅਤੇ ਅਗਾਂਹ ਹੋਰ ਦਿਨ ਰਾਤ ਤਰੱਕੀਆਂ ਕਰੋ, ਅਤੇ ਸਗੋਂ
ਪੰਜਾਬੀ ਇੰਡਸਟਰੀ ਜਿਹੜੀ ਆ ਹੋਰ ਬਹੁਤ ਕੁਛ ਜਿਹੜਾ ਅੱਜ ਤੱਕ ਕਹਿ ਲਓ ਕਿ ਪਿੱਛੇ ਆ ਉਹ ਵੀ ਤੁਸੀਂ ਗਾਹ ਲੈ ਕੇ ਆਓ ਅਤੇ ਸਾਰਿਆਂ ਦੇ ਕੋਲ ਪਹੁੰਚਾਓ ਜੀ। ਥੈਂਕ ਯੂ ਜੀ, ਥੈਂਕ ਯੂ ਮਿਹਰਬਾਨੀ। ਦੱਸੋ ਇਸ ਦੇ ਨਾਲ ਅਸੀਂ ਇਸ ਪ੍ਰੋਗਰਾਮ ਦਾ ਇੱਥੇ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਲੇਕਿਨ ਹੋਰ ਗੱਲਾਂ ਬਾਤਾਂ ਜ਼ਰੂਰ ਕਰਕੇ ਫਿਰ ਆਪਾਂ ਤੁਹਾਡੇ ਨਾਲ ਜੁੜਾਂਗੇ। ਨਿਰਮਲ ਭਾਅ ਜੀ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਬਹੁਤ ਬਹੁਤ ਮਾਣ ਕਿ ਤੁਸੀਂ ਇਸ ਆਸਟ੍ਰੇਲੀਆ ਦੀ ਧਰਤੀ 'ਤੇ ਸਾਡੇ ਕੋਲ ਇੱਥੇ ਆਏ ਹੋ ਅਤੇ ਬਹੁਤ ਹੀ ਵਧੀਆ ਪੂਰੀ ਦੁਨੀਆ ਦੇ ਵਿੱਚ ਸੰਗੀਤ ਦੀ ਸੇਵਾ ਕਰ ਰਹੇ ਹੋ ਅਤੇ ਮਾਣ ਸਾਰਿਆਂ ਨੂੰ ਦੇ ਰਹੇ ਹੋ ਕਿ ਸਪੈਸ਼ਲੀ ਸੰਗੀਤ ਦੇ ਵਾਸਤੇ ਤੁਸੀਂ ਸਾਡੇ ਲਿਵਿੰਗ ਲੈਜੈਂਡ। ਅਤੇ ਇਸੇ ਦੇ ਨਾਲ ਅਸੀਂ ਮੈਂ ਅਤੇ ਹਰਕੀਰਤ ਅਸੀਂ ਜਾਤ ਲੈਂਦੇ ਹਾਂ ਅਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਨਿਰਮਲ ਸਿੱਧੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ।